ਹਾਥੇ ਜੋੜ ਬੰਦਨਾ ਨੀਲੇ ਦੇ ਸਵਾਰ ਨੂੰ ਪੰਥ ਦੇ ਸ਼ਿੰਗਾਰ ਨੂੰ ਹਾਥੇ ਜੋੜ ਬੰਦਨਾ ਕਰਾਂ ਹਾਥੇ ਜੋੜ ਬੰਦਨਾ ਕਰਾਂ ਨੀਲੇ ਦੇ ਸਵਾਰ ਨੂੰ ਪੰਥ ਦੇ ਸ਼ਿੰਗਾਰ ਨੂੰ ਹਾਥੇ ਜੋੜ ਬੰਦਨਾ ਕਰਾਂ ਹਾਥੇ ਜੋੜ ਬੰਦਨਾ ਕਰਾਂ ਲਗੀ ਸੋਹਣੀ ਸਾਜ ਦੀ ਸਿਰ ਸੋਤੇ ਆਹ ਮਹਾਰਾਜਾ ਵਾਹਿਗੁਰੂ ਸਾਹਿਬ ਜੀ ਜ਼ਰਰਾ ਰਾਹੁਰ ਸਾਦ ਅਨਵਰ ਮੇ ਕੁਨੰਦ ਖਾ ਕੇ ਰਾ ਅਜ਼ ਹਕ ਮਨਵਰ ਮੇ ਕੁਨੰਦ ਜਰਰਰਾ ਖੁਰਸ਼ਾਦ ਅਨਵਰ ਮੀ ਕੁਨੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਗੁਰੂ ਕੀ ਸੰਗਤ ਦੇ ਅਤਿਅੰਤ ਵੱਡੇ ਭਾਗ ਨੇ ਜੋਗੀ ਮੀਰੀ ਪੀਰੀ ਦੇ ਮਾਲਕ ਧੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਿਨਾਂ ਦੇ ਉੱਚੇ ਸੁੱਚੇ ਦਰਬਾਰ ਦੇ ਦਰਸ਼ਨ ਕਰਨ ਦਾ ਸੁਭਾਗੀ ਸੁਭਾਪ ਜੀ ਨੂੰ ਪ੍ਰਾਪਤ ਹੋ ਰਿਹਾ ਹੈ ਔਰ ਦੀਨ ਕੇ ਦਿਆਲ ਭਗਤ ਵੈਛਲ ਕਿਰਪਾ ਨਿਦਾਨ ਧੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੇ ਮਕੱਦਸ ਹਜ਼ੂਰੀ ਵਿੱਚ ਬੈਠ ਕਰਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਰੋਸਾਏ ਹੋਏ ਮਹਾਨ ਗੁਰੂ ਕੇ ਸਿੱਖ ਸਰਦਾ ਦੀ ਮੂਰਤ ਭਗਤੀ ਦੀ ਸੂਰਤ ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ ਦਾ ਕਲਾਮ ਜ਼ਿੰਦਗੀ ਨਾਮਾ ਇਸ ਕਲਾਮ ਦੀ ਕਥਾ ਸਰਵਨ ਕਰਨ ਦਾ ਕਈ ਰੋਜ਼ਾਂ ਤੋਂ ਇਹ ਸੁਭਾਗੀ ਸੰਭਾਪਤ ਹੋ ਰਿਹਾ ਹੈ ਸੰਧਿਆ ਦੇ ਵੇਲੇ ਕਲ ਦੀਵਾਨ ਸਜੀ ਔਰ ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ ਨੇ ਗਿਆਰੂ ਦਿਨੋ ਉਪਦੇਸ਼ ਕੀਤਾ ਦੁਨੀਆਂ ਦੇ ਉੱਪਰ ਹਰੇਕ ਬੰਦਾ ਪੂਰਨ ਸਤਿਗੁਰੂ ਦੀ ਭਾਲ ਕਰਦਾ ਹੈ ਪਰ ਪੂਰਨ ਸਤਿਗੁਰੂ ਤੋਂ ਬਿਨਾ ਸੰਸਾਰ ਦੇ ਵਿੱਚ ਪਰਮੇਸ਼ਰ ਦੇ ਨਾਲ ਮਿਲਣ ਦਾ ਸਿੱਧਾ ਮਾਰਗ ਨਹੀਂ ਲੱਭਦਾ ਇਸ ਵਾਸਤੇ ਹਰੇਕ ਬੰਦਾ ਪੂਰਨ ਸਤਿਗੁਰਾਂ ਦੀ ਪ੍ਰਾਪਤੀ ਚਾਹੁੰਦਾ ਹੈ ਰੱਬ ਨੂੰ ਮਿਲਣ ਦੇ ਮਾਰਗ ਦੁਨੀਆਂ ਦੇ ਉੱਪਰ ਕਈ ਹਨ ਪਰ ਸਤ ਸੰਗਤ ਵਾਲਾ ਕਾਫਲੇ ਵਾਲਾ ਮਾਰਗ ਉਸ ਮਾਰਗ ਦੀ ਲੋੜ ਹਰੇਕ ਜਗਿਆਸੂ ਨੂੰ ਹਰੇਕ ਪੰਦੀ ਨੂੰ ਹੁੰਦੀ ਹੈ ਇਹ ਗੱਲ ਮੇਰੀ ਸਮਝ ਵਿੱਚ ਆਉਂਦੀ ਹੈ। ਔਰ ਦੁਨੀਆਂ ਦੇ ਉੱਪਰ ਪੂਰਨ ਸਤਿਗੁਰੂ ਉਹੀ ਹੈ ਜਿਸ ਸਤਿਗੁਰਾਂ ਦੀ ਕਲਾਮ ਵਿੱਚੋਂ ਅੱਗ ਸੱਚ ਦੀ ਖੁਸ਼ਬੂਈ ਆਉਂਦੀ ਹੈ। ਔਰ ਦੁਨੀਆਂ ਦੇ ਉੱਪਰ ਜੋ ਮਨੁੱਖ ਕਿਨਕੇ ਜਿੱਡਾ ਕਿਨਕਾ ਬਣ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਆਉਂਦਾ ਹੈ। ਸਤਿਗੁਰੂ ਸਾਹਿਬ ਜੀ ਉਸ ਨੂੰ ਨੂਰਾਨੀ ਸੂਰਜ ਵਰਗਾ ਪ੍ਰਕਾਸ਼ ਬਖਸ਼ ਕਰਕੇ ਨਿਹਾਲ ਕਰ ਤਾਰਤ ਕਰ ਦਿੰਦੇ ਹਨ ਹਰ ਕੇ ਆਇਦ ਪੀਛੇ ਈਸ਼ਾ ਜ਼ਰਰਾ ਬਾਰ ਔਰ ਇਸ ਤਰੀਕੇ ਦੇ ਨਾਲ ਵੀ ਪਾਠ ਭੇਦ ਲਿਖਿਆ ਮਿਲਦਾ ਹੈ ਸੰਪਰਦਾ ਦਾ ਸ਼ੁੱਧ ਪਾਠ ਹਰ ਕੇ ਆਇਦ ਪੀਛੇ ਚੂ ਜ਼ਰਰਾ ਬਾਰ ਦੁਨੀਆਂ ਦੇ ਉੱਪਰ ਕਿਨਕੇ ਜਿੱਡਾ ਬੰਦਾ ਚੂਮੈਨੇ ਵਰਗਾ ਔਰ ਕਿਨਕੇ ਜਿੱਡਾ ਬਣ ਕਰਕੇ ਸਤਿਗੁਰੂ ਗੁਰੂ ਕਲਗੀ ਤਰਪਾਤਸ਼ਾ ਦੀ ਸ਼ਰਨ ਵਿੱਚ ਆਵੇ ਸਤਿਗੁਰੂ ਸਾਹਿਬ ਜੀ ਉਸ ਨੂੰ ਨੂਰਾਨੀ ਸੂਰਜ ਵਰਗਾ ਪ੍ਰਕਾਸ਼ ਬਖਸ਼ ਕਰਕੇ ਨਿਹਾਲ ਕਰਤਾਰਥ ਕਰ ਦਿੰਦੇ ਨੇ ਦੁਨੀਆਂ ਦੇ ਉੱਪਰ ਜਿਹੜੇ ਬਹੁਤ ਛੋਟੇ ਤੋਂ ਛੋਟੇ ਪੁਰਖ ਮਨੁੱਖ ਨੇ ਜੇ ਉਹ ਗੁਰੂ ਕਲਗੀ ਤਰਪਾਤਸ਼ਾ ਦੀ ਸੰਗਤ ਵਿੱਚ ਚਲੇ ਜਾਣ ਸੱਚੇ ਬਾਦਸ਼ਾਹ ਜੀ ਉਹਨਾਂ ਨੂੰ ਵੱਡੇ ਵੱਡੇ ਸ਼ਾਹੂਕਾਰਾਂ ਤੋਂ ਵੀ ਵੱਡੀਆਂ-ਵਡਿਆਈਆਂ ਬਖਸ਼ ਕਰਕੇ ਨਿਹਾਲ ਕਰਤਾਰਸ ਕਰ ਦਿੰਦੇ ਨੇ ਦੁਨੀਆਂ ਦੇ ਉੱਪਰ ਸਾਹਿਬ ਵੀ ਬੜੇ ਨੇ ਸੇਵਕ ਵੀ ਬੜੇ ਹਨ ਭਾਈ ਆਨੰਦ ਲਾਲ ਜੀ ਕਹਿੰਦੇ ਸਾਹਿਬ ਆਰਾ ਬੰਦਾ ਬਿਸੀ ਆ ਰਿਆ ਆਮਦਾ ਬੰਦਾ ਰਾਬਾ ਬੰਦਗੀਕਾਰ ਆਮਦਾ ਮੇਰੀ ਸਮਝ ਦੇ ਵਿੱਚ ਵੇਖਣ ਦੇ ਵਿੱਚ ਦੁਨੀਆਂ ਦੇ ਤਖਤੇ ਉੱਪਰ ਮਾਲਕ ਵੀ ਬਹੁਤ ਨਜ਼ਰ ਆਉਂਦੇ ਨੇ ਔਰ ਮਾਲਕਾਂ ਦੇ ਬੰਦੇ ਵੀ ਬੜੇ ਨਜ਼ਰ ਆਉਂਦੇ ਨੇ ਪਰ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀ ਬੰਦਗੀ ਦੇ ਨਾਲ ਆਪਣਾ ਕੰਮ ਆਪਣਾ ਵਿਵਹਾਰ ਰੱਖਦੇ ਨੇ ਉਹ ਵਿਰਲੇ ਹੀ ਬੰਦੇ ਮੇਰੀ ਨਿਗਾਹ ਵਿੱਚ ਆਉਂਦੇ ਹਨ ਇਸ ਲਈ ਗਿਆ ਸੁਦੀਨਾ ਛੱਡ ਬਾਦਸ਼ਾਹਾਂ ਦਾ ਖਿਆਲ ਜਿਹੜੇ ਮਿੱਟੀ ਨੂੰ ਅਕਸ਼ੀਰ ਕਰਨ ਦੀ ਸਮਰੱਥਾ ਰੱਖਦੇ ਨੇ ਉਸ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਨੂੰ ਤੂੰ ਵੀ ਜਾ ਕਰਕੇ ਪ੍ਰਾਪਤ ਕਰ ਤੂੰ ਵੀ ਮਿੱਟੀ ਤੋਂ ਸੂਰਜ ਵਰਗਾ ਪ੍ਰਕਾਸ਼ ਪ੍ਰਾਪਤ ਕਰ ਲਵੇਂਗਾ ਕਿਨਕੇ ਤੂੰ ਸੂਰਜ ਬਣ ਜਾਵੇਂਗਾ ਔਰ ਬੇਦਿਲ ਤੋਂ ਬੁਝ ਦਿਲ ਤੋਂ ਸਾਹਿਬੇ ਦਿਲਾਂ ਦਿਲਾਂ ਦਾ ਮਾਲਕ ਬਣ ਜਾਵੇਗਾ ਔਰ ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ ਐਸਾ ਬਾਰ ਬਾਰ ਉਪਦੇਸ਼ ਗਿਆ ਸੁਦੀਨ ਨੂੰ ਬਖਸ਼ਿਸ਼ ਕਰਦੇ ਨੇ ਆਪ ਜੀ ਨੇ ਕੱਲ ਦੇ ਵਿਖਿਆਨਾ ਵਿੱਚ ਸਰਵਨ ਕੀਤਾ ਹੈ ਗੁਰੂ ਕਾਲਸਾ ਜੀ ਬਹਾਦਰ ਸ਼ਾਹ ਦੀ ਨੌਕਰੀ ਦੌਰਾਨ ਜਦ ਔਰੰਗਜ਼ੇਬ ਬਾਦਸ਼ਾਹ ਨੇ ਪਾਕੀ ਕੁਰਾਨ ਸ਼ਰੀਫ ਦੀ ਇੱਕ ਹਦੀਸ ਇੱਕ ਆਇਤ ਦੇ ਅਰਥ ਪੁੱਛੇ ਔਰ ਵੱਡੇ ਵੱਡੇ ਮੌਲਵੀਆਂ ਨੂੰ ਉਹ ਉੱਤਰ ਨਾ ਆਇਆ ਤਾਂ ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਉਹਨਾਂ ਸਵਾਲਾਂ ਦਾ ਉਸ ਆਇਤ ਦੇ ਅਰਥਾਂ ਦਾ ਗੁੱਝਾ ਭੇਦ ਸਮਝਾ ਕਰਕੇ ਉਸ ਦੀ ਤਸੱਲੀ ਕਰਵਾ ਕਰਕੇ ਤਸੱਲੀ ਬਖਸ਼ ਜਵਾਬ ਦਿੱਤਾ ਤਾਂ ਔਰੰਗਜ਼ੇਬ ਨੇ ਆਖਿਆ ਸੀ ਤੂੰ ਮੁਸਲਮਾਨ ਬਣ ਜਾ ਜੇ ਨਾ ਬਣਿਆ ਤੇ ਤੈਨੂੰ ਸ਼ਹੀਦ ਕਤਲ ਕਰ ਦਿੱਤਾ ਜਾਵੇਗਾ ਔਰ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੇ ਆਖਿਆ ਸੀ ਮੇਰੇ ਅਜੀਜ਼ ਮੁਰਸ਼ਿਦ ਭਾਈ ਆਨੰਦ ਲਾਲ ਜੀਓ ਮੇਰਾ ਬਾਪ ਬੜਾ ਜ਼ਾਲਮ ਹੈ ਆਪ ਜੀ ਕਿਤੇ ਵੀ ਚਲੇ ਗਏ ਉਹ ਤੁਹਾਨੂੰ ਮਰਵਾ ਦੇਵੇਗਾ ਦੁਨੀਆਂ ਵਿੱਚ ਕੋਈ ਥਾਂ ਨਹੀਂ ਜਿੱਥੇ ਮੇਰੇ ਬਾਪ ਦੀਆਂ ਬਾਹਾਂ ਨਾ ਉਪੜਦੀਆਂ ਹੋਵੇ ਦੁਨੀਆਂ ਦੇ ਉੱਪਰ ਇੱਕੋ ਇੱਕ ਥਾਂ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਕਮਲ ਜਿੱਥੇ ਮੇਰੇ ਬਾਪ ਦੀਆਂ ਬਾਹਾਂ ਨਹੀਂ ਉਪੜਦੀਆਂ ਆਪ ਜੀ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਚਲੇ ਜਾਓ ਸੱਚੇ ਬਾਦਸ਼ਾਹ ਜੀ ਤੁਹਾਨੂੰ ਆਪਣੇ ਸਭਾ ਦਾ ਸ਼ਿੰਗਾਰ ਬਣਾ ਕਰਕੇ ਤੁਹਾਨੂੰ ਜੀਵਨ ਦਾਣ ਦੇਣਗੇ ਔਰ ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ ਸੰਧਿਆ ਦੇ ਸਮੇਂ ਔਰੰਗਜੀਬ ਦਾ ਉਹ ਜ਼ਾਲਮ ਉਹ ਸਤਮ ਜ਼ੁਲਮ ਦੇ ਨਾਲ ਭਰਿਆ ਹੋਇਆ ਜ਼ਾਲਮਗੀਰ ਦਰਬਾਰ ਛੱਡ ਕਰਕੇ ਸੱਚੇ ਦਰਬਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਦੀ ਤਰਫ ਨੂੰ ਚੱਲੇ ਸਨ ਔਰ ਉਹਨਾਂ ਦੇ ਨਾਲ ਗੁਰੂ ਖਾਲਸਾ ਜੀ ਗਿਆਸੂਦੀਨ ਮੌਲਵੀ ਉਹ ਵੀ ਨਾਲ ਤਿਆਰ ਹੋ ਕਰਕੇ ਟੁਰਿਆ ਹੈ ਰਸਤੇ ਵਿੱਚ ਭਾਈ ਅਨੰਦ ਲਾਲ ਸਾਹਿਬ ਜੀ ਗੁਰੂ ਕਲਗੀਧਰ ਦੇ ਦਰਬਾਰ ਦੀ ਮਹਿਮਾ ਕਰਦੇ ਆਉਂਦੇ ਨੇ ਔਰ ਗੁਰੂ ਖਾਲਸਾ ਜੀ ਸਮਝਾਉਂਦੇ ਆਉਂਦੇ ਨੇ ਗਿਆਸੂਦੀਨ ਦੇ ਤਾਈ ਇਹ ਗਿਆਸੂਦੀਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਦਰਬਾਰ ਏਡੀਆਂ ਵੱਡੀਆਂ ਉੱਚੀਆਂ ਅਜਮਤਾਂ ਦਾ ਮਾਲਕ ਹੈ ਗੁਰੂ ਗੋਬਿੰਦ ਸਿੰਘ ਜੀ ਏਡੀਆਂ ਵੱਡੀਆਂ ਵਡਿਆਈਆਂ ਦੇ ਮਾਲਕ ਨੇ ਜਿਹੜੇ ਉਹਨਾਂ ਦੇ ਸਾਜੇ ਨਵਾਜੇ ਨੇ ਉਹ ਮਿੱਟੀ ਨੂੰ ਅਕਸੀਰ ਕਰਨ ਦੀ ਸਮਰੱਥਾ ਰੱਖਦੇ ਨੇ ਮਿੱਟੀ ਉੱਪਰ ਉਹ ਆਪਣਾ ਸ਼ਰਲਾ ਵੀ ਛੱਡ ਦੇ ਉਹ ਵੀ ਸੋਨਾ ਬਣ ਜਾਂਦਾ ਹੈ ਮੇਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਦੇ ਇੱਕ ਸੇਵਕ ਹੋਏ ਨੇ ਭਾਈ ਗੜਿਆ ਜੀ ਕਸ਼ਮੀਰ ਤੋਂ ਆ ਕਰਕੇ ਸੰਗਤ ਨੇ ਬੇਨਤੀ ਕੀਤੀ ਕਾਬਲ ਕੰਧਾਰ ਦੀਆਂ ਸੰਗਤਾ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਬਹੁਤ ਘੱਟ ਹੈ ਆਪ ਕੋਈ ਸਿੱਖ ਭੇਜੋ ਜਿਹੜਾ ਕਾਬਲ ਕੰਧਾਰ ਕਸ਼ਮੀਰ ਜੰਮੂ ਇਤਿਆਦਿਕ ਇਲਾਕੇ ਵਿੱਚ ਵਿਜਿਤ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੜਿਆ ਜੀ ਦੀ ਡਿਊਟੀ ਲਗਾਈ ਕਿ ਆਪ ਜੀ ਚੱਲ ਕਰਕੇ ਜਾਓ ਔਰ ਸਿੱਖੀ ਦਾ ਪ੍ਰਚਾਰ ਕਰਕੇ ਸਿੱਖੀ ਦਾ ਦੀਵਾ ਜਗਮਗਾਓ ਗੁਰੂ ਖਾਲਸਾ ਸਾਧ ਸੰਗਤ ਜੀ ਭਾਈ ਗੜਿਆ ਜੀ ਚੱਲ ਪਏ ਨੇ ਔਰ ਤੁਰੇ ਜਾਂਦੇ ਹੋਏ ਇੱਕ ਨਗਰ ਵਿੱਚ ਟਿਕਾਣਾ ਕੀਤਾ ਰਾਤ ਬਿਤਾਈ ਉੱਥੋਂ ਦਾ ਇੱਕ ਮੁਸਲਮਾਨ ਮਿਲ ਲਿਆ ਆਇਆ ਵੀ ਗੁਰੂ ਅਰਗੁਨ ਸਾਹਿਬ ਦਾ ਸਿੱਖ ਆਇਆ ਏ ਚਲੋ ਪੀਰ ਨੇ ਫਕੀਰ ਨੇ ਸੋਚਿਆ ਵੀ ਆਪਾਂ ਵੀ ਜਾ ਕੇ ਦਰਸ਼ਨ ਕਰੀਏ ਜਦੋਂ ਆਇਆ ਤੇ ਵੇਖਿਆ ਭਾਈ ਗੜੀਆ ਜੀ ਨੇ ਪੈਰ ਵਿੱਚ ਟੁੱਟੀ ਜੁੱਤੀ ਪਾਈ ਹੋਈ ਸੀ ਮਨ ਵਿੱਚ ਸੋਚਿਆ ਗੁਰੂ ਹਰਗੋਬਿੰਦ ਸਾਹਿਬ ਆਪ ਤੇ ਮੇਰੀ ਪੀਰੀ ਦਾ ਮਾਲਕ ਬਣਿਆ ਫਿਰਦਾ ਹੈ ਸਿੱਖਾਂ ਦੇ ਤਾਈ ਇੱਕ ਜੁੱਤਾ ਲੈ ਕੇ ਦੇਣ ਜੋਗਾ ਵੀ ਨਹੀਂ ਹੈ ਗੁਰੂ ਖਾਲਸਾ ਜੀ ਭਾਈ ਗੜੀਆ ਜੀ ਨੇ ਉਸ ਫਕੀਰ ਦੀ ਅੰਦਰੂਨੀ ਰਮਜ ਨੂੰ ਸਮਝ ਲੈਣਾ ਕੀਤਾ ਕਹਿਣ ਲੱਗੇ ਚਲੋ ਫਕੀਰ ਜੀ ਬਾਹਰ ਖੇਤਾਂ ਵੱਲ ਫੇਰਾ ਪਾ ਕੇ ਆਮਦੇ ਹਾਂ ਖੇਤਾਂ ਵੱਲ ਜਾ ਕੇ ਉਨਾਂ ਨੂੰ ਸ਼ਰਲਾ ਮਾਰਨ ਦੀ ਹਾਜਤ ਹੋਈ ਤੇ ਸ਼ਰਲਾ ਮਾਰਿਆ ਜਦ ਫਕੀਰ ਨੇ ਵੇਖਿਆ ਜਿੱਥੇ ਭਾਈ ਗੜਿਆ ਜੀ ਨੇ ਸ਼ਰਲਾ ਮਾਰਿਆ ਸੀ ਉਹ ਤਾਂ ਗੁਰੂ ਕਾਲਸਾ ਜੀ ਸੋਨੇ ਦਾ ਬਣਿਆ ਹੋਇਆ ਸੀ ਔਰ ਉਹ ਫਕੀਰ ਵੇਖ ਕਰਕੇ ਬੜਾ ਹੈਰਾਨ ਕੋਨ ਹੋਇਆ ਭਾਈ ਗੜਿਆ ਜੀ ਕਹਿ ਲੱਗੇ ਮੇਰਾ ਟੁੱਟਾ ਹੋਇਆ ਜੋੜਾ ਵੇਖ ਕਰਕੇ ਤੂੰ ਮਨ ਵਿੱਚ ਸੋਚਿਆ ਸੀ ਕਿ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਸਿੱਖਾਂ ਨੂੰ ਜੋੜੇ ਵੀ ਨਹੀਂ ਲੈ ਕੇ ਦੇ ਸਕਦੇ ਪਰੰਤੂ ਅਸਾਂ ਨੇ ਤੈਨੂੰ ਦਿਖਾਇਆ ਹੈ ਕਿ ਸਤਿਗੁਰਾਂ ਨੇ ਸਾਨੂੰ ਇੰਨੀਆਂ ਵੱਡੀਆਂ ਵਡਿਆਈਆਂ ਦਿੱਤੀਆਂ ਨੇ ਚਾਹੀਏ ਤੇ ਅਸੀਂ ਧਰਤੀ ਨੂੰ ਸੋਨਾ ਬਣਾ ਦਈਏ ਏਡੀ ਵੱਡੀ ਸਮਰੱਥਾ ਏਡੀ ਵੱਡੀ ਦਇਆ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਇਹ ਤੇ ਬਾਰੀ ਅਸੀਂ ਫਕੀਰਾਨਾ ਗਰੀਬਾਨਾ ਲਬਾਸ ਰੱਖਦੇ ਆ ਤਾਂ ਕਿ ਸਾਡੇ ਮਨ ਵਿੱਚ ਹੰਕਾਰ ਨਾ ਆਵੇ ਸਤਿਗੁਰੂ ਗੁਰੂ ਸਾਹਿਬ ਜੀ ਦੇ ਸਿੱਖ ਏਡੀ ਵੱਡੀ ਸਮਰੱਥਾ ਦੇ ਮਾਲਕ ਨੇ ਔਰ ਗਿਆਸੂਦੀਨ ਦੇ ਤਾਂ ਹੀ ਭਾਈ ਆਨੰਦ ਲਾਲ ਜੀ ਇਹੋ ਜਿਹਾ ਬਾਰ ਬਾਰ ਉਪਦੇਸ਼ ਦੇ ਕੇ ਸਮਝਾਉਣ ਦਾ ਯਤਨ ਕਰਦੇ ਨਾ ਇੱਕ ਵਾਰ ਚੱਲ ਕੇ ਤਾਂ ਵੇਖ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਜੇ ਗੁਰਾਂ ਦੀ ਸ਼ਰਨ ਵਿੱਚ ਨਹੀਂ ਜਾਣਾ ਇੱਕ ਵਾਰ ਗੁਰਾਂ ਦੇ ਸਾਜਿਆਂ ਨਵਾਜਿਆਂ ਦੀ ਸ਼ਰਨ ਵਿੱਚ ਜਾ ਕੇ ਵੇਖ ਵੇਖ ਤੇਨੂੰ ਪਤਾ ਲੱਗ ਜਾਵੇਗਾ ਪਤਾ ਲੱਗ ਜਾਵੇਗਾ ਕਿ ਜਿਹੜੇ ਗੁਰੂ ਦੇ ਪਿਆਰੇ ਨੇ ਉਹ ਦਿਲਾਂ ਦੇ ਮਾਲਕ ਨੇ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਦੀ ਹੋਂਦ ਨੂੰ ਹਸਤੀ ਨੂੰ ਸਮਝਦੇ ਪਏ ਨੇ ਬੁੱਝਦੇ ਪਏ ਹਨ ਆਓ ਮੰਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੀਏ ਜਿਵੇਂ ਭਾਈ ਆਨੰਦ ਲਾਲ ਸੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜਿਆਂ ਨਵਾਜਿਆਂ ਦੀ ਮਹਿਮਾ ਕਰਕੇ ਗਿਆਸੂਦੀਨ ਨੂੰ ਸਮਝਾ ਰਹੇ ਨੇ ਉਹ ਪ੍ਰਸੰਗ ਸਰਵਣ ਕਰ ਲੈ ਇਹ ਪ੍ਰਾਪਤ ਕਰੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਰਰਾ ਰਾ குரு ਸਾਧ ਅਨਵਰ ਮੇ ਕੁਨੰਦ ਭਾਈ ਆਨੰਦ ਲਾਲ ਸੇਵ ਜੀ ਕਹਿੰਦੇ ਆ ਗਿਆਸੂਦੀਨ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਤੇ ਇੱਕ ਪਾਸੇ ਰਹੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਹੋਏ ਮਹਾਂਪੁਰਖ ਨੇ ਸਾਜੇ ਹੋਏ ਗੁਰੂ ਕੇ ਸਿੱਖ ਨੇ ਉਹ ਵੀ ਜ਼ਰਰਾ ਕਿਨਕੇ ਦੇ ਤਾਈਂ ਅਨਵਰ ਕਈਏ ਨੂਰਾਨੀ ਖੁਰਸ਼ੈਦ ਕਈਏ ਸੂਰਜ ਕਰਨ ਦੀ ਸਮਰੱਥਾ ਰੱਖਦੇ ਨੇ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਨਵਾਜੇ ਗੁਰੂ ਕੇਆਂ ਸਿੱਖਾਂ ਦੇ ਸਾਹਮਣੇ ਕੋਈ ਨਮਾਨਾ ਹੋ ਕੇ ਕਿਨਕੇ ਜਿੱਡਾ ਵਿਅਕਤੀ ਗੱਲ ਵਿੱਚ ਪੱਲੂ ਪਾ ਕੇ ਚਲਿਆ ਜਾਵੇ ਔਰ ਸਤਿਗੁਰਾਂ ਦੇ ਸਾਝੇ ਉਸ ਦੀ ਚੜ੍ਹਦੀ ਕਲਾ ਦਾ ਅਰਦਾਸਾ ਕਰ ਦੇਣ ਉਹ ਫਿਰ ਨੂਰਾਨੀ ਸੂਰਜ ਵਾਂਗ ਦੁਨੀਆ ਦੇ ਵਿੱਚ ਚਮਕ ਪੈਂਦਾ ਹੈ ਐਸੀ ਕਿਰਪਾ ਕਰ ਦਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਨਵਾਜੇ ਮਹਾਪੁਰਖ ਖਾ ਕੇ ਰਾ ਅਸ ਹਕ ਮੁਨਵਰ ਮੇਕੁਨੰਦ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਨੇ ਉਹਨਾਂ ਦੇ ਸਾਹਮਣੇ ਕੋਈ ਮਿੱਟੀ ਹੋਇਆ ਬੰਦਾ ਵੀ ਚਲਿਆ ਜਾਵੇ ਜਿਵੇਂ ਕਹਿ ਦਿੰਦੇ ਨੇ ਇਹ ਤੇ ਹੁਣ ਮਿੱਟੀ ਹੋ ਗਿਆ ਇਹਦਾ ਸਰੀਰ ਨਹੀਂ ਹੁਣ ਉੱਟਦਾ ਇਹਦੇ ਵਿੱਚੋਂ ਤੇ ਸੱਤਾ ਮੁੱਕ ਗਈ ਹੈ ਕੋਈ ਮਿੱਟੀ ਹੈ ਮਿੱਟੀ ਹੋਇਆ ਵੀ ਉਹਨਾਂ ਗੁਰੂ ਗਿਆਨ ਸਿੱਖਾਂ ਦੇ ਸਾਹਮਣੇ ਚਲਿਆ ਜਾਵੇ ਸੱਚੇ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਦਾ ਨਾਮਦਾਨ ਦੇ ਕਰਕੇ ਉਸ ਦੇ ਸਰੀਰ ਦੇ ਵਿੱਚ ਉਸ ਮਿੱਟੀ ਭਰੇ ਸਰੀਰ ਵਿੱਚ ਮਨਵਰ ਮੈਨੇ ਰੋਸ਼ਨੀ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਜੀ ਦਾ ਨੂਰ ਭਰ ਕਰਕੇ ਉਹਨੂੰ ਤੰਦਰੁਸਤ ਕਰ ਦਿੰਦੇ ਨੇ ਜਿਸ ਮੈਂ ਖਾ ਕੀ ਵਾ ਦਰ ਬ ਨੂਰ ਹਕ ਹਾਂ ਕਹਿੰਦੇ ਹੋਰ ਤੇ ਗੱਲ ਛੱਡ ਗਿਆਸੂ ਦੇਨਾ ਤੂੰ ਆਪਣਾ ਸਰੀਰ ਵੇਖ ਈ ਇਹ ਤੇਰਾ ਸਰੀਰ ਖਾਕੀ ਮਿੱਟੀ ਦਾ ਹੈ ਜਿਸਮ ਨਾਮ ਸਰੀਰ ਦਾ ਹੈ ਔਰ ਵੇਖ ਇਹਦੇ ਵਿੱਚ ਉਸ ਸੱਚੇ ਗੁਰੂ ਗੋਬਿੰਦ ਸਿੰਘ ਜੀ ਦਾ ਨੂਰ ਹੈ ਔਰ ਉਸ ਨੂਰ ਦੇ ਨਾਲ ਤੇਰੇ ਮਿੱਟੀ ਦੇ ਸਰੀਰ ਨੂੰ ਚੇਤਨ ਸੱਤਾ ਪ੍ਰਾਪਤ ਹੋਈ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨੂਰ ਦੇ ਨਾਲ ਤੂੰ ਤੁਰਿਆ ਫਿਰਦਾ ਏ ਹੱਸਦਾ ਫਿਰਦਾ ਏ ਗੱਲਾਂ ਕਰਿਆ ਕਰਦਾ ਫਿਰਦਾ ਏ ਵਾਹ ਮੈਨੇ ਉਸ ਹਕ ਸੱਚੇ ਗੁਰੂ ਗੋਬਿੰਦ ਸਿੰਘ ਜੀ ਦਾ ਨੂਰ ਦਰਮੈਨੇ ਵਿੱਚ ਹੈ ਤੇਰੇ ਮਿੱਟੀ ਦੇ ਸਰੀਰ ਵਿੱਚ ਵਾਹ ਮੈਨੇ ਅਤੇ ਹੋਰ ਗੱਲ ਛੱਡ ਗਿਆ ਸੁਦੀਨਾ ਇਹ ਇਸ ਮਿੱਟੀ ਦੇ ਸਰੀਰ ਵਿੱਚ ਗੁਰੂ ਗੋਬਿੰਦ ਸਿੰਘ ਦਾ ਨੂਰ ਹੈ ਔਰ ਨੂਰ ਦੇ ਨਾਲ ਹੀ ਤੈਨੂੰ ਚੇਤਨ ਸੱਤਾ ਤੈਨੂੰ ਤੁਰਨ ਫਿਰਨ ਦੀ ਸਮਰੱਥਾ ਪ੍ਰਾਪਤ ਹੋਈ ਹੈ ਅੰਦਰੂਨ ਸਚਾਰੇ ਸੂਵਾ ਨੋ ਤਬਕ ਧੰਨ ਗੁਰੂ ਗੋਬਿੰਦ ਸਿੰਘ ਜੀ ਏਡੀ ਵੱਡੀ ਕਰਾਮਾਤ ਦੇ ਮਾਲਕ ਨੇ ਉਹਨਾਂ ਦੇ ਮੁਖੜੇ ਦਾ ਪ੍ਰਕਾਸ਼ ਚਾਰੇ ਦਿਸ਼ਾਵਾਂ ਦੇ ਵਿੱਚ ਫੈਲਿਆ ਹੋਇਆ ਹੈ ਔਰ ਨੌ ਖੰਡਾਂ ਵਾਲੀ ਨੌ ਤਬਕਾਂ ਵਾਲੀ ਧਰਤੀ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਕਰਕੇ ਜਿਉਂਦੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਮਿੱਟੀ ਦੇ ਤਾਈ ਮਿੱਟੀ ਹੋਏ ਸਰੀਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਦਾਣ ਦੇ ਕਰਕੇ ਪ੍ਰਕਾਸ਼ ਪਾ ਦਿੰਦੇ ਨੇ ਔਰ ਤੂੰ ਵੇਖ ਤੇਰੇ ਮਿੱਟੀ ਦੇ ਸਰੀਰ ਵਿੱਚ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪਿਆ ਤੇਰੇ ਵਿੱਚ ਤੁਰਨ ਫਿਰਨ ਦੀ ਸਮਰੱਥਾ ਆਈ ਇੱਥੇ ਬਸ ਨਹੀਂ ਆਸ਼ ਉਸ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਚਾਰੇ ਸੂ ਚਾਰੇ ਦਿਸ਼ਾਵਾਂ ਵਿੱਚ ਸੂ ਨਾਮ ਦਿਸ਼ਾਵਾਂ ਦਾ ਅੰਦਰੋਂ ਮੈਨੇ ਅੰਦਰ ਚਾਰੇ ਦਿਸ਼ਾਵਾਂ ਵਿੱਚ ਹੈ ਵਾ ਤੇ ਨੌ ਤਬਕਾਂ ਵਿੱਚ ਨੌ ਨੌ ਖੰਡੀ ਧਰਤੀ ਵਿੱਚ ਨੌ ਅਸਮਾਨਾਂ ਦੇ ਵਿੱਚ ਤਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਕਾਇਮ ਦਾਇਮ ਹੈ ਖਿਦਮਤੇ ਸ਼ਾਂ ਬੰਦਗੀਏ ਹਕ ਬਵਦ ਇਸ ਲਈ ਗਿਆ ਸੁਦੀਨਾ ਮੈਂ ਤੈਨੂੰ ਇੱਕ ਗੱਲ ਗੁੱਝੀ ਦੱਸਦਾ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਆਪਣੇ ਦਰਬਾਰ ਵਿੱਚ ਸਾਜਿਆ ਹੈ ਨਾ ਛਾਂ ਉਹਨਾਂ ਮਹਾਂਪੁਰਖਾਂ ਦੀ ਖਿਦਮਤ ਸੇਵਾ ਹਕ ਰੱਬ ਦੀ ਸੇਵਾ ਹੁੰਦੀ ਹੈ ਰੱਬ ਦੀ ਬੰਦਗੀ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਬੰਦਗੀ ਹੁੰਦੀ ਹੈ ਹਕ ਦਾ ਅਰਥ ਸੱਚਾ ਹੁੰਦਾ ਹੈ ਔਰ ਸੱਚਾ ਇੱਕ ਰੱਬ ਹੈ ਇੱਕ ਦੂਸਰੇ ਗੁਰੂ ਗੋਬਿੰਦ ਸਿੰਘ ਜੀ ਹਨ ਕਿਉਂਕਿ ਗੁਰ ਪਰਮੇਸ਼ਰ ਏਕੋ ਜਾਨ ਗੁਰੂ ਗੋਬਿੰਦ ਸਿੰਘ ਜੀ ਤੇ ਅਕਾਲ ਪੁਰਖ ਪਰਮੇਸ਼ਰ ਜੀ ਇੱਕ ਹੀ ਨੇ ਇਸ ਲਈ ਕਹਿੰਦੇ ਗਿਆਸੂ ਦੀਨਾ ਮਹਾਪੁਰਖਾਂ ਦੀ ਸੇਵਾ ਕਰਨੀ ਤਨ ਗੁਰੂ ਗੋਬਿੰਦ ਸਿੰਘ ਜੀ ਦੀ ਬੰਦਗੀ ਕਰਨ ਦੇ ਬਰਾਬਰ ਹੁੰਦੀ ਹੈ ਕਾ ਕਬੂਲੇ ਕਾਦਰ ਮੋਤਲਕ ਬਵਦ ਕਿਉਂਕਿ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਾਜ ਦਿੱਤਾ ਉਹ ਕਬੂਲ ਹੁੰਦੇ ਹਨ ਕਿੱਥੇ ਕਬੂਲ ਹੁੰਦੇ ਨੇ ਰੱਬ ਦੀ ਦਰਗਾਹ ਵਿੱਚ ਜਿਸ ਰੱਬ ਨੂੰ ਕੁਰਾਨ ਸ਼ਰੀਫ ਦੇ ਵਿੱਚ ਕਾਦਰ ਕਰਕੇ ਲਿਖਿਆ ਹੈ ਕਾਦਰ ਕਹਿੰਦੇ ਕੁਦਰਤ ਦਾ ਮਾਲਕ ਅ ਜਿੰਨੀ ਕੁਦਰਤ ਦਿਖਾਈ ਦਿੰਦੀ ਹੈ ਇਸ ਕੁਦਰਤ ਦਾ ਮਾਲਕ ਅਕਾਲ ਪੁਰਖ ਪਰਮੇਸ਼ਰ ਕਾਦਰ ਐ ਖਵਾਉਂਦਾ ਹੈ ਔਰ ਮੁਤਲਕ ਕਹਿੰਦੇ ਨੇ ਤਲਕ ਨਾਮ ਤਾਲੁਕਾਤ ਦਾ ਹੈ ਮੂਮੈਨੀ ਨਹੀਂ ਜਿਸ ਦਾ ਕਿਸੇ ਨਾਲ ਤਾਲੁਕਾਤ ਨਾ ਹੋਵੇ ਭਾਵ ਆਜ਼ਾਦ ਹਸਤੀ ਦਾ ਮਾਲਕ ਕੁਰਾਨ ਸ਼ਰੀਫ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਨੂੰ ਕਾਦਰ ਮੁਤਲਕ ਆਦਿਕ ਲਫ਼ਜ਼ਾਂ ਦੇ ਨਾਲ ਗੁਰੂ ਖਾਲਸਾ ਜੀ ਦਰਸਾਇਆ ਹੈ ਕਹਿੰਦੇ اے ਮੌਲਵੀ ਤੇਰੀ ਕੁਰਾਨ ਵਿੱਚ ਜਿਹਨੂੰ ਕਾਦਰ ਕਹਿੰਦੇ ਨੇ ਜਿਹਨੂੰ ਮੁਤਲਕ ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਸਾਜ ਦਿੱਤਾ ਕਾਮੈਨੇ ਕੀਆ ਉਹ ਜਿਸ ਨੂੰ ਤੇਰੀ ਕੁਰਾਨ ਵਿੱਚ ਕਾਦਰ ਤੇ ਮੁਤਲਕ ਆਖਿਆ ਹੈ ਉਸ ਰੱਬ ਦੀ ਦਰਗਾਹ ਦੇ ਵਿੱਚ ਕਬੂਲ ਮੈਨੇ ਪ੍ਰਮਾਨ ਬਵੱਦ ਮੈਨੇ ਹੁੰਦੇ ਹਨ ਇਸ ਲਈ ਉਹਨਾਂ ਦੀ ਸੇਵਾ ਰੱਬ ਦੀ ਬੰਦਗੀ ਦੇ ਬਰਾਬਰ ਹੈ ਉਹਨਾਂ ਮਹਾਂਪੁਰਖਾਂ ਦੀ ਸੇਵਾ ਗੁਰੂ ਗੋਬਿੰਦ ਸਿੰਘ ਜੀ ਦੀ ਬੰਦਗੀ ਦੇ ਬਰਾਬਰ ਹੈ ਬੰਦਗੀ ਕੁਨ ਆਕੇ ਊ ਬਾਸ਼ਦ ਕਬੂਲ ਇਸ ਲਈ ਕਹਿੰਦੇ ਹੈ ਗਿਆਸੂ ਦਿਨਾ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਹੈ ਨਾ ਆ ਉਹਨਾਂ ਦੀ ਬੰਦਗੀ ਕਰ ਕਿ ਊ ਬਾਸ਼ਦ ਕਬੂਲ ਜੇ ਤੂੰ ਉਹਨਾਂ ਦੀ ਬੰਦਗੀ ਕਰੇਂਗਾ ਉਹਨਾਂ ਦੀ ਇਬਾਦਤ ਕਰੇਂਗਾ ਉਹਨਾਂ ਦੀ ਸੇਵਾ ਕਰੇਂਗਾ ਤਾਂ ਉਸ ਰੱਬ ਦੀ ਦਰਗਾਹ ਦੇ ਵਿੱਚ ਤੂੰ ਵੀ ਪ੍ਰਵਾਨ ਹੋ ਜਾਵੇਂਗਾ ਆਕੂ ਸਤਨਾਮ ਸ੍ਰੀ ਵਾਹਿਗੁਰੂ ਤੂੰ ਵੀ ਪ੍ਰਵਾਨ ਹੁੰਦਾ ਹੋ ਜਾਵੇਂਗਾ ਪ੍ਰਵਾਨ ਹੁੰਦਾ ਹੁੰਦਾ ਤੂੰ ਵੀ ਰੱਬ ਦੀ ਦਰਗਾਹ ਦੇ ਵਿੱਚ ਪਰਵਾਨ ਹੋ ਜਾਵੇਗਾ ਕਦਰ ਊਰਾ ਕੈ ਬੇਦਾਨੰਦ ਹਰ ਜ਼ਹੂਲ ਦੁਨੀਆਂ ਦੇ ਉੱਪਰ ਜਿਹੜੇ ਜਾਹਲ ਲੋਪ ਨੇ ਜ਼ਹੂਲ ਮੈਨੇ ਜਿਹੜੇ ਐਵੇਂ ਫਜ਼ੂਲ ਗੱਲਾਂ ਕਰਨ ਵਾਲੇ ਮੂਰਖ ਲੋਕ ਨੇ ਐਵੇਂ ਦੁਨੀਆਂ ਦੇ ਵਿੱਚ ਕਿਸੇ ਨੂੰ ਕੁਛ ਕਹਿ ਦਿੱਤਾ ਕਿਸੇ ਨੂੰ ਕੁਛ ਕਹਿ ਦਿੱਤਾ ਔਰ ਉਹਨਾਂ ਨੂੰ ਕਹਿੰਦੇ ਜਾਹਲ ਲੋਕ ਮੂਰਖ ਲੋਕ ਔਰ ਗੁਰੂ ਕਾਲਸਾ ਜੀ ਕੋਸ਼ਾਂ ਵਿੱਚ ਇਹ ਵੀ ਲਿਖਿਆ ਜਿਹੜੇ ਰੱਬ ਨੂੰ ਭੁਲਾ ਦਿੰਦੇ ਨੇ ਉਹਨਾਂ ਨੂੰ ਜ਼ਹੂਲ ਕਹਿੰਦੇ ਨੇ ਮੂਰਖਾਂ ਨੂੰ ਕਹਿੰਦੇ ਨੇ ਹਰੇਕ ਮੂਰਖ ਬੰਦਾ ਉਹਨਾਂ ਮਹਾਪੁਰਖਾਂ ਦੀ ਕਦਰ ਨੂੰ ਕੈ ਮੈ ਨਹੀਂ ਕੀ ਕਿਵੇਂ ਦਾਣ ਤ ਮੈ ਨਹੀਂ ਜਾਣ ਸਕਦਾ ਹੈ ਕਦਰੇ ਊਰਾ ਉਹਨਾਂ ਮਹਾਪੁਰਖਾਂ ਦੀ ਕਦਰ ਨੂੰ ਇੱਜ਼ਤ ਨੂੰ ਹਰੇਕ ਜ਼ਹੂਲ ਆਦਮੀ ਇਹ ਮੈਨੇ ਕੀ ਦਾਨ ਤੇ ਮੈਨੇ ਜਾਣ ਸਕਦਾ ਹੈ ਭਾਵ ਨਹੀਂ ਜਾਣ ਸਕਦਾ ਇਹ ਤੇ ਜਿੰਨਾ ਉਪਰ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਨ ਉਹੀ ਉਹਨਾਂ ਦੇ ਸਾਜਿਆਂ ਨਵਾਜਿਆਂ ਦੀ ਇੱਜ਼ਤ ਕਰਦੇ ਨੇ ਉਹਨਾਂ ਦੀ ਸੇਵਾ ਕਰਕੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਚੜ੍ਹਦੇ ਹਨ ਹਸਤਕਾਰੇ ਰੋਸੂ ਸ਼ਬਦਾਰ ਯਾਦ ਦੇਉ ਹਾਂ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਾਜ ਦਿੱਤਾ ਹੈ ਉਹ ਰਾਤ ਦਿਨ ਉਸ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਦੇ ਵਿੱਚ ਆਪਣਾ ਕੰਮ ਰੱਖਦੇ ਹਨ ਹਸਤ ਮੈਨੇ ਹੈਨ ਕਾਰ ਮੈਨੇ ਕੰਮ ਰੋਜ਼ ਦਿਨ ਤੇ ਸ਼ਬ ਰਾਤ ਦਰ ਵਿੱਚ ਉਹ ਉਸ ਦੀ ਯਾਦ ਯਾਦ ਸਿਮਰਨ ਉਸ ਦੇ ਸਿਮਰਨ ਵਿੱਚ ਰਾਤ ਦਿਨ ਉਹ ਆਪਣਾ ਕੰਮ ਰੱਖਦੇ ਨੇ ਉਹਦੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੀ ਬੰਦਗੀ ਨਾਲ ਹੀ ਸਾਡਾ ਕੰਮ ਹੈ ਅਸਾਂ ਕੀ ਲੈਣਾ ਹੋਰ ਧੰਦਿਆਂ ਤੋਂ ਹੋਰ ਲੋਕਾਂ ਤੋਂ ਹੋਰ ਲੋਕਾਂ ਦੇ ਤੰਦੇ ਤੰਦਾਲੇ ਐਵੇਂ ਫਜ਼ੂਲ ਨੇ ਇਕੋ ਇੱਕ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਬੰਦਗੀ ਲੋਕ ਪਰ ਲੋਕ ਨੂੰ ਸੁਹੇਲਿਆ ਕਰਨ ਵਾਲੀ ਹੈ ਯਾਕ ਨਫਸ ਖਾਲੀ ਨਾ ਮੇ ਬਾਸ਼ਦ ਅਜ਼ੂ ਅਜ਼ੂ ਉਹਨਾਂ ਦੇ ਵਾਸਤੇ ਇੱਕ ਨਫਸ ਵੀ ਗੁਰੂ ਗੋਬਿੰਦ ਸਿੰਘ ਜੀ ਤੋਂ ਖਾਲੀ ਰਹਿਣਾ ਬਰਦਾਸ਼ ਨਹੀਂ ਹੁੰਦਾ ਅਜ਼ੂ ਦਾ ਅਰਥ ਹੈ ਅਜ਼ੂ ਉਹ ਜਿਹੜੇ ਗੁਰੂ ਗੋਬਿੰਦ ਸਿੰਘ ਦੀ ਦਰਗਾਹ ਵਿੱਚ ਪ੍ਰਵਾਣ ਚੜ੍ਹਿਆ ਨਾ ਜੱਕ ਨਫਸ ਮੈਨੇ ਇੱਕ ਸਵਾਸ ਵੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਿਮਰਨ ਤੋਂ ਖਾਲੀ ਰਹਿਣਾ ਨਾ ਮੇ ਬਾਸ਼ਿਦ ਉਹਨਾਂ ਨੂੰ ਬਰਦਾਸ਼ ਨਹੀਂ ਹੁੰਦਾ ਬਾਸ਼ਿਦ ਮੈਨੇ ਹੁੰਦਾ ਨਾ ਮੈਨੇ ਨਹੀਂ ਤੇ ਮੇ ਗੁਰੂ ਖਾਲਸਾ ਜੀ ਕਿਰਿਆ ਵਿਸ਼ੇਸ਼ਣ ਹੈ ਮੇ ਬਾਸ਼ਿਦ ਭਾਵੇਂ ਸੰਪਰਦਾ ਦੇ ਵਿੱਚ ਨਵੇਂ ਬਾਸ਼ਿਦ ਪਾਠ ਕਰ ਦਿੰਦੇ ਨੇ ਹਰ ਫਾਰਸੀ ਵਿਆਕਰਨ ਦੇ ਅਨੁਸਾਰ ਨਾ ਮੇ ਬਾਸ਼ਿਦ ਬਾਸ਼ਿਦ ਕਿਰਿਆਵਾਚੀ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਔਰ ਮੇ ਕਿਰਿਆ ਦਾ ਵਿਸ਼ੇਸ਼ਣ ਹੈ ਕਿਰਿਆ ਨੂੰ ਵਿਸ਼ੇਸ਼ ਕਰਕੇ ਪ੍ਰਗਟ ਕਰਦਾ ਹੈ ਔਰ ਦੂਜਾ ਫਾਰਸੀ ਵਿਆਕਰਨ ਦੇ ਵਿੱਚ ਵਰਤਮਾਨ ਕਾਲ ਦਾ ਜਨਾਇਕ ਵੀ ਹੈ ਆਪ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਾਜੇ ਨੇ ਕਿਆ ਸੁਦੀਨਾ ਹੁਣ ਮੀ ਉਹ ਇੱਕ ਸਵਾਸ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾ ਰਹਿਣਾ ਪਸੰਦ ਨਹੀਂ ਕਰਦੇ ਉਹਨਾਂ ਦੇ ਕੋਲ ਬਰਦਾਸ਼ ਨਹੀਂ ਹੁੰਦਾ ਪਹਿਲੀ ਗੱਲ ਤੇ ਇੱਕ ਪਾਸੇ ਰਹੀ ਇਸ ਪ੍ਰਕਾਰ ਵੀ ਇਹਦਾ ਅਰਥ ਹੁੰਦਾ ਹੈ ਇਹ ਵਿਆਕਰਣ ਦੇ ਬੜੇ ਗੁੱਝੇ ਭੇਦ ਨੇ ਗੁਰੂ ਖਾਲਸਾ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀ ਉੱਚੀ ਸ਼ਾਨ ਦੇ ਵਿੱਚ ਆਪਣੇ ਅਨੋਖੇ ਅਰਥ ਰੱਖਦੇ ਹਨ ਹੈ ਛੋਟੇ ਛੋਟੇ ਲਫ਼ਜ਼ ਨੇ ਅਰ ਇਹਨਾਂ ਦੇ ਅਰਥ ਗੁਰੂ ਕਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਉੱਚੀ ਸ਼ਾਨ ਵਿੱਚ ਬੜੀ ਬੜਾ ਅਨੋਖਾ ਮਹੱਤਵ ਰੱਖਦੇ ਹਨ ਚਸ਼ਮੇ ਸ਼ਾ ਰੋਸ਼ਨ ਜੀ ਦੀਦਾਰੇ ਅੱਲਾਹ ਹਾਂ ਕਹਿੰਦੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਜ ਦਿੱਤਾ ਹੈ ਸ਼ਾ ਉਹਨਾਂ ਦੇ ਚਸ਼ਮੇ ਨੇਤਰ ਗੁਰੂ ਗੋਬਿੰਦ ਸਿੰਘ ਜੀ ਦੇ ਨੂਰਾਨੀ ਪ੍ਰਕਾਸ਼ ਦੇ ਨਾਲ ਰੋਸ਼ਨ ਹੋ ਚੁੱਕੇ ਹਨ ਔਰ ਜ਼ਰਰੇ ਜ਼ਰਰੇ ਵਿੱਚ ਫਿਰ ਆਪਣੇ ਮਨ ਬੁੱਧ ਦੇ ਰੋਸ਼ਨ ਨੇਤਰਾਂ ਦੇ ਨਾਲ ਜਾਂ ਪ੍ਰਤੱਖ ਨੇਤਰਾਂ ਦੇ ਨਾਲ ਆਪਣੇ ਅੱਲਾ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਦਿਦਾਰ ਕਰਦੇ ਹਨ ਅੱਲਾ ਨਾਮ ਰੱਬ ਦਾ ਵੀ ਹੈ ਤੇ ਅੱਲਾ ਨਾਮ ਉੱਚੇ ਦਾ ਹੈ ਤੇ ਉੱਚੀ ਸ਼ਾਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਐਸਾ ਭਾਵ ਅਰਥ ਜਾਂ ਆਪਣੇ ਇਸ਼ਟ ਦੇਵ ਦੀ ਪ੍ਰਸੰਤਾ ਵਾਸਤੇ ਇਸ਼ਟ ਦੇਵ ਜੀ ਉੱਚੀ ਸ਼ਾਨ ਵਾਸਤੇ ਐਸਾ ਅਰਥ ਵੀ ਲੈਣਾ ਹੈ ਆਪਣੇ ਅੱਲਾ ਗੁਰੂ ਗੋਬਿੰਦ ਸਿੰਘ ਜੀ ਦਾ ਦ دیدار ਉਹ ਜ਼ਰਰੇ ਜ਼ਰਰੇ ਵਿੱਚ ਕਰਦੇ ਨੇ ਜਿਨ੍ਹਾਂ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕਰਕੇ ਜਿਨ੍ਹਾਂ ਦੇ ਨੈਤਰਾ ਨੂੰ ਰੱਬੀ ਪ੍ਰਕਾਸ਼ ਬਖਸ਼ਣਾ ਕੀਤਾ ਰੱਬੀ ਨੂਰ ਜਿਨ੍ਹਾਂ ਦੇ ਨੇਤਰਾਂ ਵਿੱਚ ਪਾਇਆ ਹੈ ਦਰ ਲਿਬਾਸੇ ਅੰਦਰ ਗਦਾਉ ਬਾਦਸ਼ਾਹ ਭਾਵੇਂ ਉਹ ਲਿਬਾਸ ਕਰਕੇ ਫਕੀਰ ਹੋਣ ਉਹ ਜਾਂ ਜਾਂ ਉਹ ਅਤੇ ਭਾਵੇਂ ਲਿਬਾਸ ਦੇ ਵਿੱਚ ਉਹ ਬਾਦਸ਼ਾਹ ਕਿਉਂ ਨਾ ਬਣੇ ਹੋਣ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਕਈ ਸਿੱਖ ਫਕੀਰਾਨਾ ਲਿਬਾਸ ਰੱਖਦੇ ਰਹੇ ਔਰ ਕਈ ਸਿੱਖ ਬਾਦਸ਼ਾਹਾਂ ਵਾਲਾ ਲਿਬਾਸ ਰੱਖਦੇ ਰਹੇ ਸਿਰਾਂ ਉੱਪਰ ਸੋਨਾ ਦਮਾਲਾ ਚਲਾਉਣਾ ਚੰਦ ਤੋੜੇ ਸਜਾਉਣੇ ਗੱਤ ਦੇ ਤਲਵਾਰ ਪਾਉਣੀ ਬਾਦਸ਼ਾਹਾਂ ਵਾਲਾ ਲਿਬਾਸ ਅੱਜ ਵੀ ਰੱਖਦੇ ਨੇ ਔਰ ਕਈ ਗੁਰੂ ਕਾਲਸਾ ਜੀ ਗੱਲ ਵਿੱਚ ਭੱਦੇ ਜੇ ਕੁੜਤੇ ਪਾ ਕੇ ਖੱਦਰ ਦੇ ਸੇਵਾ ਵਿੱਚ ਲੱਗੇ ਰਹਿੰਦੇ ਨੇ ਉਹ ਫਕੀਰਾਂ ਨਾਲ ਲਿਬਾਸ ਰੱਖਦੇ ਨੇ ਕਹਿੰਦੇ ਭਾਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਕ ਫਕੀਰਾਂ ਵਾਲੇ ਲਿਬਾਸ ਵਿੱਚ ਹੋਣ ਭਾਵੇਂ ਬਾਦਸ਼ਾਹਾਂ ਵਾਲੇ ਲਿਬਾਸ ਵਿੱਚ ਹੋਣ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਸਾਜ ਦਿੱਤਾ ਉਹ ਉੱਚੀ ਸ਼ਾਨ ਦੇ ਮਾਲਕ ਬਣ ਕੇ ਜ਼ਰਰੇ ਜ਼ਰਰੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਕਰਦੇ ਨੇ ਭਾਵੇਂ ਉਹ ਫਕੀਰਾਨਾਂ ਵਾਲੇ ਲਿਬਾਸ ਵਿੱਚ ਰਹਿੰਦੇ ਨੇ ਪਰ ਉਹ ਅੰਦਰੋਂ ਬਾਦਸ਼ਾਹ ਹੁੰਦੇ ਹਨ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਅੰਦਰੋਂ ਬਾਦਸ਼ਾਹੀ ਰੱਖਦੇ ਨੇ ਔਰ ਭਾਵੇਂ ਬਾਹਰੀ ਤੌਰ ਤੇ ਉਹ ਫਕੀਰਾ ਵਾਂਗੂ ਮੈਲੇ ਕਿਚਾਰੇ ਵਸਤਰ ਪਾ ਕੇ ਰੱਖਣ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਹੈ ਇਸ ਪ੍ਰਕਾਰ ਵੀ ਅਰਥ ਕਰਦੇ ਨੇ ਬਾਦਸ਼ਾਹੀ ਆ ਕੇ ਉਦਾਇਮ ਬਵਦ ਉਹ ਗਿਆ ਸੁਦੀਨ ਕਹਿ ਲਗਾ ਆਪ ਜੀ ਕਹਿੰਦੇ ਹੋ ਧੰਨ ਗੁਰੂ ਗੋਬਿੰਦ ਸਿੰਘ ਦੇ ਸੇਵਕ ਫਕੀਰ ਵੀ ਹੁੰਦੇ ਨੇ ਔਰ ਬਾਦਸ਼ਾਹ ਵੀ ਹੁੰਦੇ ਨੇ ਰਾਜੇ ਜੋਗੀ ਹੁੰਦੇ ਨੇ ਉਹਨਾਂ ਦੀ ਬਾਦਸ਼ਾਹੀ ਕਿਹੋ ਜੀ ਹੈ ਕਹਿੰਦੇ ਆ ਬਾਦਸ਼ਾਹੀ ਉਹਨਾਂ ਦੀ ਬਾਦਸ਼ਾਹੀ ਸਦਾ ਦੁਨੀਆਂ ਦੇ ਵਿੱਚ ਕਾਇਮ ਸਥਿਰ ਰਹਿੰਦੀ ਹੈ ਸਦਾ ਲਈ ਕਾਇਮ ਹੁੰਦੀ ਹੈ ਦੁਨੀਆਂ ਦੇ ਉੱਪਰ ਗੁਰੂ ਖਾਲਸਾ ਜੀ ਪਹਿਲੇ ਤੁਰਕਾਂ ਦਾ ਰਾਜ ਸੀ ਇੱਕ ਰਾਜਾ ਬੈਠਾ ਉਹਨੇ ਬਾਦਸ਼ਾਹੀ ਭੋਗੀ ਦੂਜੇ ਨੇ ਆ ਕਰਕੇ ਬਾਦਸ਼ਾਹੀ ਨੂੰ ਹਥਿਆਲੇ ਨਾ ਕੀਤਾ ਅੱਜ ਵੋਟਾਂ ਦਾ ਰਾਜ ਹੈ ਇੱਕ ਰਾਜਾ ਬਣ ਕੇ ਬੈਠਦਾ ਏ ਦੂਜੇ ਪਾਸੇ ਵੋਟਾਂ ਵਧਿਕ ਪੈ ਜਾਂਦੀਆਂ ਨੇ ਫਿਰ ਉਹਨੂੰ ਰਾਜ ਤਾਜ ਪ੍ਰਾਪਤ ਹੋ ਜਾਂਦਾ ਹੈ ਇਹ ਸਥਿਰ ਰਹਿਣ ਵਾਲੀ ਬਾਦਸ਼ਾਹੀ ਨਹੀਂ ਭਾਈ ਆਨੰਦਪਾਲ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਹੈ ਉਹਨਾਂ ਦੀ ਬਾਦਸ਼ਾਹੀ ਉਹ ਸਦਾ ਲਈ ਕਾਇਮ ਹੁੰਦੀ ਹੈ ਸਦਾ ਲਈ ਅਬਨਾਸ਼ੀ ਹੁੰਦੀ ਹੈ ਉਹਨਾਂ ਦੀ ਬਾਦਸ਼ਾਹੀ ਨੂੰ ਕੋਈ ਹਲਾ ਨਹੀਂ ਸਕਦਾ ਸਦਾਬ ਕਾਲ ਦੁਨੀਆ ਦੇ ਅੰਤ ਪ੍ਰਯੰਤ ਉਹਨਾਂ ਦੀ ਬਾਦਸ਼ਾਹੀ ਕਾਇਮ ਰਹਿੰਦੀ ਹੈ ਆਮੈਨੇ ਉਹ ਬਾਦਸ਼ਾਹੀ ਊ ਉਹਨਾਂ ਦੀ ਦਾਇਮ ਮੈਨੇ ਸਦਾ ਲਈ ਸਥਿਰ ਬਵਦ ਮੈਨੇ ਹੁੰਦੀ ਹੈ ਹਮਚੂ ਜਾਤਿ ਪਾ ਕੇ ਹਕ ਕਾਇਮ ਬਵਦ ਜਿਵੇਂ ਗੁਰੂ ਕਾਲਸਾ ਜੀ ਪਵਿੱਤਰ ਰੱਬ ਦਾ ਵਜੂਦ ਪਵਿੱਤਰ ਰੱਬ ਦੀ ਹੋਂਦ ਸਦਾ ਲਈ ਕਾਇਮ ਰਹਿੰਦੀ ਐ ਨਾ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਾਜੇ ਨੇ ਉਹ ਰੱਬ ਦੀ ਜਾਤ ਵਿੱਚ ਹੋ ਕਰਕੇ ਸੱਚੇ ਪਵਿੱਤਰ ਰੱਬ ਦੀ ਜਾਤ ਵਾਂਗ ਹਮਚੂ ਮੈਨੇ ਵਾਂਗ ਦੁਨੀਆਂ ਦੇ ਉੱਪਰ ਸਦਾ ਕਾਇਮ ਹੁੰਦੇ ਨੇ ਔਰ ਉਹਨਾਂ ਦੀ ਬਾਦਸ਼ਾਹੀ ਵੀ ਸਦਾ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਹੋਿਆਂ ਦੀ ਅਕਾਲ ਪੁਰਖ ਪਰਮੇਸ਼ਰ ਦੇ ਵਾਂਗ ਕਾਇਮ ਰਹਿੰਦੀ ਏ ਰਸਮੇ ਸ਼ਾ ਆਈ ਨੇਦਰ ਵੇਸੀ ਬਬਦ ਫਿਰ ਗਿਆ ਸੁਦੀਨਾ ਸੁਨ ਦੁਨੀਆ ਦੇ ਉੱਪਰ ਫਕੀਰ ਬੜੇ ਤੁਰੇ ਫਿਰਦੇ ਨੇ ਦਰ ਦਰ ਦੇ ਉੱਪਰ ਜਾ ਕੇ ਮੰਗਦੇ ਫਿਰਦੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦੇ ਫਕੀਰ ਨੇ ਉਹ ਮੰਗਦੇ ਨਹੀਂ ਫਿਰਦੇ ਲੋਕਾਂ ਦੇ ਵਾਂਗ ਉਹ ਐਵੇਂ ਦਰ ਦਰ ਦੇ ਉੱਪਰ ਜਾ ਕਰਕੇ ਇਹ ਨਹੀਂ ਕਹਿੰਦੇ ਫਿਰਦੇ ਮੈਨੂੰ ਦਿਓ ਉਹ ਗੁਰੂ ਖਾਲਸਾ ਜੀ ਭੀਖਿਆਦਕ ਮੰਗ ਕੇ ਬੁਜਾਰਾ ਨਹੀਂ ਕਰਦੇ ਸਗੋਂ ਦਾਤੇ ਬਣ ਕੇ ਦਾਤਾ ਦਿੰਦੇ ਨੇ ਗੁਰਬਾਣੀ ਵਿੱਚ ਲਿਖਿਆ ਹੈ ਦਰਵੇਸੀ ਕੋ ਜਾਨਸੀ ਵਿਰਲਾ ਕੋ ਦਰਬੀਸ਼ ਕਰ ਕਰ ਹੰਡੈ ਮੰਗਦੇ ਤ੍ਰਿਗ ਜੀਵਨ ਤ੍ਰਿਗ ਬੀਸ਼ ਜਿਹੜੇ ਘਰ ਘਰ ਮੰਗਦੇ ਫਿਰਦੇ ਆ ਨਾ ਉਹਨਾਂ ਦੇ ਉੱਪਰ ਲਾਣਤਾ ਨੇ ਉਹ ਵਿਰਲੇ ਹੀ ਦਰਬੇਸ਼ ਨੇ ਜਿਨ੍ਹਾਂ ਦੀ ਦਰਬੇਸ਼ੀ ਸੀਸੇ ਵਾਂਗੂ ਉੱਜਲ ਨਿਰਮਲ ਦੁਨੀਆਂ ਦੇ ਉੱਪਰ ਹੁੰਦੀ ਹੈ ਔਰ ਉਹ ਵਿਰਲੇ ਨੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਜਿਹੜੇ ਨਿਹਚਲ ਸੱਚ ਖੁਦਾਏ ਖੁਦਾਏ ਬੰਦਾਏ ਬਨਾਸੀ ਐਸੀ ਬਾਦਸ਼ਾਹੀ ਨੂੰ ਭੋਗਦੇ ਹਨ ਕਹਿੰਦੇ ਰਸਮੀ ਸ਼ਾਂ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਗਿਆ ਸੁਦੀਨਾ ਉਹਨਾਂ ਦੀ ਮਰਿਆਦਾ ਉਹਨਾਂ ਦੀ ਰੌ ਰੀਤੀ ਜਿਵੇਂ ਫਕੀਰ ਉੱਚੀ ਅਵਸਥਾ ਦੇ ਮਾਲਕ ਹੁੰਦੇ ਨੇ ਔਰ ਉਹਨਾਂ ਦੀ ਫਕੀਰੀ ਐ ਸ਼ੀਸ਼ੇ ਵਾਂਗੂ ਚਮਕਦੀ ਐ ਇਦਾਂ ਹੀ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਾਜੇ ਨੇ ਉਹਨਾਂ ਦੀ ਮਰਿਆਦਾ ਫਕੀਰੀ ਦੇ ਨਿਰਮਲ ਸ਼ੀਸ਼ੇ ਵਾਂਗੂ ਹੁੰਦੀ ਐ ਐਸੀ ਉਹ ਫਕੀਰੀ ਦੇ ਤਾਂ ਹੀ ਭੋਗਣਾ ਕਰਦੇ ਹਨ ਬਾ ਖੁਦਾ ਉ ਬਾ ਹਮ ਹਖ ਵੇਸ਼ੀ ਬਵਦ ਜਿਹੜੇ ਧੰ ਗੁਰੂ ਗੋਬਿੰਦ ਸਿੰਘ ਜੀ ਦੇ ਹੋ ਗਏ ਨੇ ਉਹ ਖੁਦਾ ਗੁਰੂ ਗੋਬਿੰਦ ਸਿੰਘ ਜੀ ਦੇ ਸੰਗੀ ਬਨ ਕਰਕੇ ਵਿਚਰਦੇ ਨੇ ਔਰ ਸਾਰਿਆਂ ਦੇ ਨਾਲ ਬਾ ਮੈਨੇ ਨਾਲ ਹਮਾ ਮੈਨੇ ਸਾਰਿਆਂ ਖਵੇਸ਼ੀ ਮੈਨੇ ਆਪਣਤਵ ਰੱਖਦੇ ਹਨ ਉਹਨਾਂ ਦੀ ਰੀਤੀ ਇਦਾਂ ਦੀ ਹੁੰਦੀ ਹੈ ਸ਼ੀਸ਼ੇ ਵਰਗੀ ਉੱਜਲ ਉਹਨਾਂ ਦੀ ਫਕੀਰੀ ਐਸੀ ਸ਼ੀਸ਼ੇ ਵਰਗੀ ਉੱਜਲ ਹੁੰਦੀ ਹੈ ਆਇਨਾ ਨਾਮ ਸ਼ੀਸ਼ੇ ਦਾ ਹੈ ਦਰਵੇਸ਼ੀ ਨਾਮ ਫਕੀਰੀ ਦਾ ਹੈ ਬਵਦ ਮੈਣੀ ਹੁੰਦੀ ਹੈ ਉਹਨਾਂ ਮਹਾਪੁਰਖਾਂ ਦੀ ਮਰਜਾਦਾ ਉਹਨਾਂ ਦੀ ਫਕੀਰੀ ਸ਼ੀਸ਼ੇ ਵਾਂਗੂ ਉੱਜਲ ਐਸੀ ਹੁੰਦੀ ਹੈ ਉਹ ਖੁਦਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਆਪਣਾ ਸਬੰਧ ਰੱਖਦੇ ਨੇ ਉਹ ਇਹ ਗੱਲ ਕਹਿੰਦੇ ਨੇ ਅਸੀਂ ਕਿਸੇ ਤੋਂ ਕੀ ਲੈਣਾ ਸਾਨੂੰ ਦਾਤਾ ਗੁਰੂ ਗੋਬਿੰਦ ਸਿੰਘ ਜੀ ਦੇਨਾਰੇ ਨੇ ਔਰ ਉਹ ਸਾਰਿਆਂ ਦੇ ਨਾਲ ਅਪਨਤਵ ਰੱਖਦੇ ਨੇ ਉਹ ਕਹਿੰਦੇ ਨੇ ਮੇਰਾ ਗੁਰੂ ਗੋਬਿੰਦ ਸਿੰਘ ਸਾਰਿਆਂ ਦੇ ਹਿਰਦਿਆਂ ਵਿੱਚ ਬੈਠਾ ਏ ਔਰ ਸਾਰੇ ਮੇਰੇ ਹੀ ਨੇ ਕੋਈ ਬਗਾਨਾ ਨਹੀਂ ਜਿਵੇਂ ਹਿੰਦੂਆਂ ਦੇ ਫਕੀਰ ਹਿੰਦੂਆਂ ਦੇ ਮਹਾਪੁਰਖ ਹਿੰਦੂਆਂ ਨੂੰ ਉੱਚਾ ਸੁੱਚਾ ਕਰਕੇ ਜਾਣਦੇ ਨੇ ਔਰ ਮੁਸਲਮਾਨਾਂ ਦੇ ਫਕੀਰ ਇਸਲਾਮ ਧਰਮ ਨੂੰ ਉੱਚਾ ਕਰਕੇ ਜਾਣਦੇ ਨੇ ਪਰ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦੇ ਫਕੀਰ ਮਹਾਪੁਰਖ ਗੁਰਮਖ ਨੇ ਉਹ ਸਾਰਿਆਂ ਦੇ ਨਾਲ ਅਪਨਤਵ ਰੱਖਦੇ ਨੇ ਉਹ ਕਹਿੰਦੇ ਜਿੰਨੇ ਵੀ ਮਾਨਸ ਜਾਤ ਦੇ ਲੋਕ ਨੇ ਭਾਵੇਂ ਉਹ ਕਿਸੇ ਤਬਕੇ ਨਾਲ ਕਿਸੇ ਧਰਮ ਨਾਲ ਸੰਬੰਧਿਤ ਨੇ ਸਾਰਿਆਂ ਦੇ ਹਿਰਦਿਆਂ ਵਿੱਚ ਗੁਰੂ ਗੋਬਿੰਦ ਸਿੰਘ ਹੈ ਐਸੀ ਉਹਨਾਂ ਦੀ ਉੱਚੀ ਮਰਜ਼ਾਦਾ ਹੈ ਐਸੀ ਉਹ ਸ਼ੀਸ਼ੇ ਵਾਂਗੂ ਉੱਚਲ ਉੱਜਲ ਫਕੀਰੀ ਰੱਖਦੇ ਹਨ ਆਇਨੇ ਆਇਨਾ ਨਾਮ ਸ਼ੀਸ਼ੇ ਦਾ ਹੈ ਜਿਵੇਂ ਸ਼ੀਸ਼ਾ ਨਿਰਮਲ ਹੁੰਦਾ ਹੈ ਨਾ ਐਸਾ ਉਹ ਬਾਲਸ਼ਲ ਤੋਂ ਫਕੀਰਾਨਾ ਪੇਸ਼ ਦੁਨੀਆਂ ਉੱਪਰ ਕਾਇਮ-ਦਾਇਮ ਰੱਖਦੇ ਨੇ ਹਰ ਗਦਾਰ ਇਜ਼ੋ ਜਾਹੀ ਮੇਹ ਦੇਹੰਦ ਹਾਂ ਕਹਿੰਦੇ ਉਹਨਾਂ ਦੀ ਫਕੀਰੀ ਫਿਰ ਕਿਹੋ ਜੀ ਹੈ ਉਹ ਹਰੇਕ ਫਕੀਰ ਦੇ ਤਾਈ ਹਰੇਕ ਗੁਰੂ ਕੇ ਸਿੱਖ ਦੇ ਤਾਈ ਗਦਾ ਨਾਮ ਫਕੀਰ ਦਾ ਹੈ ਜਿੰਨੇ ਵੀ ਗੁਰੂ ਗੋਬਿੰਦ ਸਿੰਘ ਦੇ ਦਰ ਦੇ ਫਕੀਰ ਨੇ ਉਹ ਸਾਰਿਆਂ ਫਕੀਰਾਂ ਨੂੰ ਇੱਜ਼ਤ ਦਿੰਦੇ ਨੇ ਉਹਨਾਂ ਦਾ ਜਾਹੋ ਜਲਾਲ ਦਬਦਬਾ ਰੂਪ-ਪੋਸ਼ ਬਣਦਾ ਸਤਕਾਰ ਦੇਹੰਦ ਦਿੰਦੇ ਨੇ ਉਹਨਾਂ ਦੇ ਤਾਈਂ ਦੌਲਤੇ ਬੇਇਸ਼ਤਬਾਹੀ ਮੇਹ ਦੇਹੰਦ ਬੇਇਸ਼ਤਬਾਈ ਬਿਨਾ ਸ਼ੱਕ ਤੋਂ ਬਿਨਾ ਧੋਖੇ ਤੋਂ ਉਹ ਫਿਰ ਰੱਬੀ ਨਾਮ ਦੀ ਗੁਰੂ ਗੋਬਿੰਦ ਸਿੰਘ ਦੇ ਸਿਮਰਨ ਦੀ ਸ਼ੁਭ ਗੁਣਾ ਦੀ ਦੌਲਤ ਦੇ ਕਰਕੇ ਨਿਹਾਲ ਕਰਤਾਰਤ ਕਰਦੇ ਨੇ ਜਿਹੜਾ ਵੀ ਕੋਈ ਉਹਨਾਂ ਦੀ ਸੰਗਤ ਵਿੱਚ ਜਾਂਦਾ ਹੈ ਨਾ ਕਿਸਾਰਾ ਦਰ ਨਜ਼ਰ عارف ਕੁਨੰਦ ਫਿਰ ਉਹਨਾਂ ਦੀ ਬਾਦਸ਼ਾਹੀ कैसी है ਜਿਹੜਾ ਦੁਨੀਆਂ ਦੇ ਵਿੱਚ ਅਨਪੜ੍ਹ ਦੁਨੀਆਂ ਦੇ ਵਿੱਚ ਕਮਜ਼ੋਰ ਬੰਦਾ ਹੈ ਨਗੁਣਾ ਬੰਦਾ ਹੈ ਇੱਕ ਨਜ਼ਰ ਦੇ ਵਿੱਚ ਹੀ ਉਹਨੂੰ ਕਾਮਲਤਾ ਪੂਰਨਤਾ ਕੁਨੰਦ ਬਣੇ ਦੇ ਨਾ ਕਰਦੇ ਹਨ ਦੇ ਦਿਲਾਰਾ ਸਾਹਿਬ ਇੱਕ ਨਜ਼ਰ ਦੇ ਵਿੱਚ ਹੀ ਉਹਨੂੰ ਪੂਰਨ ਬ੍ਰਹਮ ਗਿਆਨੀ ਮਹਾਪੁਰਖ ਦੀ ਅਵਸਥਾ ਬਖਸ਼ ਦਿੰਦੇ ਨੇ ਆਰਪਨਾਮ ਬ੍ਰਹਮ ਗਿਆਨ ਦਾ ਹੈ ਬ੍ਰਹਮ ਗਿਆਨੀ ਦਾ ਕਾਮਲ ਨਾਮ ਪੂਰਨ ਦਾ ਹੈ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਇੱਕ ਨਜ਼ਰ ਦੇ ਵਿੱਚ ਹੀ ਬਖਸ਼ਿਸ਼ ਕਰ ਦਿੰਦੇ ਨੇ ਨਾ ਕਿਸਾਰਾ ਦਰ ਨਜ਼ਰ ਆਰਿਫ ਕੋ ਨੰਦ ਇਹ ਪਾਠ ਮੁਖ ਹੈ ਕੁਨੰਦ ਮੈ ਉਹਨੇ ਬਖਸ਼ਿਸ਼ ਕਰ ਦਿੰਦੇ ਨੇ ਜਿਹੜਾ ਦੁਨੀਆਂ ਦੇ ਵਿੱਚ ਕੋਈ ਵੀ ਮਰਾਤਬੇ ਦਾ ਮਾਲਕ ਨਹੀਂ ਦੁਨੀਆਂ ਵੱਲੋਂ ਥੱਕਿਆ ਹੋਇਆ ਹੈ ਇੱਕ ਨਜ਼ਰ ਦੇ ਵਿੱਚ ਹੀ ਉਹਨੂੰ ਫਿਰ ਪੂਰਨ ਗਿਆਨ ਬਖਸ਼ਿਸ਼ ਕਰਕੇ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਤਾਰਤ ਕਰ ਦਿੰਦੇ ਨੇ ਬੇਦਿਲਾਰਾ ਸਾਹਿਬੇ ਦਿਲ ਮੇ ਕੁਨੰਦ ਹਾਂ ਜਿਨ੍ਹਾਂ ਦੇ ਦਿਲ 부ਝੇ ਹੋਏ ਨੇ ਉਹਨਾਂ ਨੂੰ ਦਿਲਾਂ ਦੇ ਮਾਲਕ ਬਣਾ ਦਿੰਦੇ ਨੇ ਜਿਹੜੇ ਟੁੱਟੇ ਹੋਏ ਦਿਲਾਂ ਦੇ ਮਾਲਕ ਨੇ ਉਹਨਾਂ ਨੂੰ ਇਹੋ ਜੀ ਕਿਰਪਾ ਦੇ ਨਾਲ ਨਿਵਾਜਦੇ ਨੇ ਉਹਨਾਂ ਦੀ ਬਾਦਸ਼ਾਹੀ ਇਹੋ ਜੀ ਕਿਰਪਾ ਕਰਦੀ ਉਹ ਦਿਲਾਂ ਦੇ ਮਾਲਕ ਹੋ ਜਾਂਦੇ ਹਨ ਖੋਦ ਪਰਾਸਤੀ ਆਸਮੇ ਆਬਰ ਦਾਸ਼ ਤੰਦ ਜਿੰਨਾ ਉੱਪਰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੋਵੇ ਉਹ ਆਪਣੇ ਹਿਰਦੇ ਵਿੱਚੋਂ ਖੋਦ ਪਰਸਤੀ ਨੂੰ ਮਿਆ ਮੈਨੇ ਬਾਹਰ ਬਾਹਰ ਕੱਢ ਕਰਕੇ ਰੱਖ ਦਿੰਦੇ ਨੇ ਦਾਸ਼ਤੰਦ ਮੈਨੇ ਰੱਖ ਦਿੰਦੇ ਨੇ ਹਿਰਦੇ ਵਿੱਚੋਂ ਮਿਆ ਮੈਨੇ ਵਿੱਚੋਂ ਹਿਰਦੇ ਦੇ ਵਿੱਚੋਂ ਖੁਦ ਪ੍ਰਸਤੀ ਨੂੰ ਬਾਹਰ ਬਾਹਰ ਉੱਚਾ ਬਾਹਰ ਉੱਪਰ ਇੱਕ ਪਾਸੇ ਦਰ ਕਿਨਾਰੇ ਉੱਪਰ ਕਰਕੇ ਰੱਖ ਦਿੰਦੇ ਨੇ ਹਿਰਦੇ ਵਿੱਚ ਹਉਮੈ ਨਹੀਂ ਆਉਣ ਦਿੰਦੇ ਫਿਰ। ਤੁਖਮੇ ਹੱਕਦਾਰ ਕੇਸ ਤੇ ਦਿਲ ਆਕਾਸ਼ ਤੰਦ। ਉਹ ਆਪਣੇ ਹਿਰਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਹੋਏ ਨਾਮ ਦੀ ਵਾਹਿਗੁਰੂ ਗੁਰਮੰਤਰ ਦੀ ਕਮਾਈ ਕਰਦੇ ਨੇ। ਵਾਹਿਗੁਰੂ ਗੁਰਮੰਤਰ ਦੀ ਖੇਤੀ ਕਰਦੇ ਹਨ। ਤੁਖਮ ਨਾਮ ਬੀਜਦਾ ਹੈ। ਹੱਕ ਸੱਚੇ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਵਾਹਿਗੁਰੂ ਨਾਮ ਬਖਸ਼ਣਾ ਕੀਤਾ ਹੈ। ਕਿਸ਼ਤ ਨਾਮ ਖੇਤੀ ਦਾ ਹੈ ਦਿਲ ਦੇ ਵਿੱਚ ਉਸ ਦੀ ਖੇਤੀ ਉਸ ਵੈਗੁਰੂ ਨਾਮ ਦੀ ਖੇਤੀ ਕਰਦੇ ਹਨ ਕਾਸ਼ਤੰਦ ਮੈਨੇ ਖੇਤੀ ਕਰਦੇ ਨੇ ਆਪ ਸੱਚੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਆਪਣੇ ਹਿਰਦੇ ਵਿੱਚ ਹਿਰਦੇ ਰੂਪੀ ਖੇਤੀ ਵਿੱਚ ਬੋ ਕਰਕੇ ਹਿਰਦੇ ਰੂਪ ਖੇਤਾਂ ਵਿੱਚ ਬੋ ਕਰਕੇ ਨਾਮ ਦੀ ਖੇਤੀ ਕਰਦੇ ਹਨ ਕਿਸ਼ਤ ਨਾਮ ਖੇਤਾਂ ਦਾ ਹਿਰਦੇ ਰੂਪੀ ਖੇਤਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਰੂਪੀ ਬੀਜ ਨੂੰ ਬੀਜ ਕਰਕੇ ਐਸੀ ਉਹ ਖੇਤੀ ਕਰਦੇ ਨੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਐਸੀ ਅਵਸਥਾ ਨੂੰ ਉਹ ਪ੍ਰਾਪਤ ਹੁੰਦੇ ਨੇ ਨਾਮ ਖੇਤੀ ਬੀਜੋ ਬੀਜੋ ਪਾ ਨਾਮ ਖੇਤੀ ਬੀਜੋ ਭਾਈ ਮੀਤ ਐਸਾ ਉਪਦੇਸ਼ ਉਹ ਆਪਣੇ ਗੁਰਾਂ ਤੋਂ ਪ੍ਰਾਪਤ ਕਰਕੇ ਐਸੀ ਅਵਸਥਾ ਦੇ ਮਾਲਕ ਬਣਦੇ ਨੇ ਖਵੇਸ਼ਤਾਨ ਰਾਹੀਚ ਮੈਂ ਦਾ ਆਨੰਦ ਸ਼ਾ ਖਵੇਸ਼ਤਾਨ ਨਾਮ ਗੁਰੂ ਕਲਸਾ ਜੀ ਆਪਣੇ ਆਪ ਦਾ ਹੈ ਉਹ ਆਪਣੇ ਆਪ ਨੂੰ ਹੇਚ ਮੈਂ ਨੇ ਤੁਸ਼ ਕਰਕੇ ਦਾ ਆਨੰਦ ਮੈਂ ਨੇ ਜਾਣਦੇ ਹਨ ਸ਼ਾ ਮੈਂ ਨੇ ਉਹ ਮਹਾਪੁਰਖ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਣਾ ਨਵਾਜਣਾ ਕੀਤਾ ਏ ਹਰਫੇ ਹਕਰਾ ਰੋਜ਼ ਸ਼ਬਦ ਖੁਆਨੰਦ ਸ਼ਾਮ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਵਾਲਾ ਅੱਖਰ ਉਹ ਆਪਣੀ ਜ਼ੁਬਾਨ ਤੋਂ ਰਾਤ ਦਿਨ ਖੁਆਨੰਦ ਮੈਨੇ ਪੜਦੇ ਹਨ ਸ਼ਾਮ ਮੈਨੇ ਉਹ ਹਰਫ ਮੈਨੇ ਅੱਖਰ ਹਕ ਮੈਨੇ ਸੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਵਾਲੇ ਅੱਖਰ ਉਹ ਆਪਣੀ ਜ਼ੁਬਾਨ ਤੋਂ ਰੋਜ਼ ਦਿਨ ਅਸ਼ਬ ਰਾਤ ਰਾਤ ਦਿਨ ਪੜਦੇ ਰਹਿੰਦੇ ਨੇ ਰਾਤ ਦਿਨ ਗੁਰੂ ਗੋਬਿੰਦ ਸਿੰਘ ਦਾ ਨਾਮ ਜਪਦੇ ਰਹਿੰਦੇ ਨੇ ਗੁਰੂ ਗੋਬਿੰਦ ਦੀ ਮਹਿਮਾ ਕਰਦੇ ਰਹਿੰਦੇ ਹਨ ਤਾਕੁ ਜਾ ਆ ਸਾਫੇ ਮਰਦਾਨੇ ਖੁਦਾਸਤ ਕਹਿੰਦੇ ਭਾਈ ਕਿੱਥੋਂ ਤੱਕ ਮੈਂ ਉਹਨਾਂ ਦੀ ਸਿਫਤ ਆਖਾਂ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਾਜੇ ਨਵਾਜੇ ਓਏ ਮਰਦ ਮਹਾਪੁਰਖ ਹਨ ਆਉ ਸਾਫ ਨਾਮ ਉਸਤਤ ਦਾ ਹੈ ਮਰਦਾਨੇ ਮੈਨੇ ਮਰਦ ਮਹਾਪੁਰਖ ਮੇਰੇ ਖੁਦਾ ਗੁਰੂ ਗੋਬਿੰਦ ਸਿੰਘ ਦੇ ਹਨ ਉਹਨਾਂ ਦੀ ਉਸਤਤ ਕੁਝ ਮੈਨੇ ਕਿੱਥੋਂ ਤੱਕ ਮੈਂ ਆਖਣਾ ਕਰਾਂ ਉਹਨਾਂ ਦੀ ਮਹਿਮਾ ਗਿਆ ਸੁਦੀਨਾ ਇੱਕ ਜ਼ਬਾਨ ਤੋਂ ਆਖੀ ਹੀ ਨਹੀਂ ਜਾਂਦੀ ਅਸ ਹਜ਼ਾਰਾਂ ਗਾਰਿਆ ਕੇ ਗੋਇ ਅਮਰ ਵਾਸਤ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਾਜੇ ਹੋਏ ਗੁਰੂ ਕੇ ਸਿੱਖ ਨੇ ਉਹਨਾਂ ਦੇ ਹਜ਼ਾਰਾਂ ਗੁਨਾਵਿਚੋਂ ਜੇਕਰ ਮੈਂ ਉਹਨਾਂ ਦਾ ਜਕੇ ਇੱਕ ਗੁਣ ਵੀ ਗੋਇ ਮੈਨੇ ਆਖਾਂ ਅਮ ਮੈਨੇ ਮੈਂ ਤਾਂ ਮੈਂ ਸਮਝਦਾ ਇਹ ਦੁਨੀਆ ਦੇ ਉੱਪਰ ਮੈਂ ਜ਼ਿੰਦਗੀ ਦਾ ਠੀਕ ਲਾਭ ਪ੍ਰਾਪਤ ਕਰ ਲੈਣਾ ਕੀਤਾ ਹੈ ਰਵਾ ਮੈਨੇ ਲਾਭ ਇੱਕ ਗੁਣ ਵੀ ਆਖਿਆ ਜਾਵੇ ਵੀ ਉਹ ਮਹਾਂਪੁਰਖ ਐਸ ਗੁਣ ਦੇ ਮਾਲਕ ਹੁੰਦੇ ਨੇ ਗਰ ਮੈਨੇ ਜੀ ਕਰ ਜਿਕੇ ਮੈਨੇ ਇੱਕ ਗੋਇਮ ਦਾ ਅਰਥ ਹੈ ਗੋਏ ਅਮ ਅਮ ਮੈਂ ਗੋਏ ਆਖਾਂ ਹਜ਼ਾਰਾਂ ਗੁਣਾ ਦੇ ਵਿੱਚੋਂ ਅੱਜ ਮੈਨੇ ਵਿੱਚੋਂ ਇੱਕ ਗੁਣ ਵੀ ਆਖਾਂ ਤੇ ਮੈਂ ਗਿਣਦਾ ਕਿ ਮੈਂ ਜ਼ਿੰਦਗੀ ਦਾ ਠੀਕ ਲਾਭ ਪ੍ਰਾਪਤ ਕਰ ਲੈਣਾ ਕੀਤਾ ਹੈ ਇੱਕ ਗੋਣੀ ਮੈਂ ਕਹਿ ਦਿੱਤਾ ਮੇਰੀ ਜ਼ਿੰਦਗੀ ਸਫਲੀ ਹੋ ਗਈ ਗਿਆਸੂ ਦੀਨਾ ਮੈਂ ਤੇ ਇਸ ਪ੍ਰਕਾਰ ਜਾਣਦਾ ਹਮ ਚੁਨੀ ਮਰਦਮ ਬਾਜੋ ਕੇ ਆ ਕੀਸ ਤੰਦ ਹਾਂ ਕਹਿੰਦੇ ਉਹ ਗਿਆਸੂ ਦੀਨਾ ਜਿਹੜੇ ਉਹ ਮਰਦ ਮਹਾਂਪੁਰਖ ਨੇ ਜੋ ਮੈਨੇ ਲੱਭਣਾ ਕਰ ਤਲਾਸ਼ਨਾ ਕਰ ਵੀ ਜੋ ਬੱਬੇ ਨੂੰ ਸਿਹਾਰੀ ਸੰਪਰਦਾ ਦੇ ਟੀਕੇ ਵਿੱਚ ਵਿਆਕਰਨ ਅਨੁਸਾਰ ਵੀ ਚਾਹੀਦੀ ਹੈ ਲਗਾ ਲਓ ਹਮ ਚੁਣੀ ਮੈਨੇ ਇਸ ਤਰੀਕੇ ਨਾਲ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਾਜੇ ਹੋਏ ਮਰਦ ਨੇ ਮਹਾਂਪੁਰਖ ਉਹਨਾਂ ਮਹਾਂਪੁਰਖਾਂ ਦਾ ਟਿਕਾਣਾ ਕਿੱਥੇ ਹੈ ਉਹ ਮਹਾਂਪੁਰਖ ਕੈਸੇ ਹੁੰਦੇ ਨੇ ਉਹ ਕਿਹੜੇ-ਕਿਹੜੇ ਗੁਣਾਂ ਦੇ ਮਾਲਕ ਹੁੰਦੇ ਨੇ ਕਿਹੜੀਆਂ ਕਿਹੜੀਆਂ ਸ਼ਕਤੀਆਂ ਉਹਨਾਂ ਦੇ ਪ੍ਰਾਪਤ ਨੇ ਕੋਲ ਪ੍ਰਾਪਤ ਨੇ ਇਸ ਗੱਲ ਨੂੰ ਤੂੰ ਲੱਭਣਾ ਕਰ ਕੀ ਇਸਤ ਮੈਨੇ ਕਿਹੜੀਆਂ ਆਮ ਮੈਨੇ ਉਹਨਾਂ ਦੇ ਕਿ ਮੈਨੇ ਜੋ ਜੋ ਉਹਨਾਂ ਦੇ ਕੋਲ ਕਿਹੜੀਆਂ ਕਿਹੜੀਆਂ ਸ਼ਕਤੀਆਂ ਹਨ ਉਹਨਾਂ ਨੂੰ ਤੂੰ ਲੱਭਣਾ ਕਰ ਇਸ ਪ੍ਰਕਾਰ ਦੇਖਰਾ ਉਹਨਾਂ ਦੇ ਗੁਣਾਂ ਦੀ ਵਿਚਾਰ ਕਰ ਉਹਨਾਂ ਦੇ ਗੁਣਾਂ ਨੂੰ ਲੱਭਣਾ ਕਰ ਦੀਗਰਾ ਮੁਰਦੰਦ ਵਾਈ ਹਾਂ ਜੀ ਤੰਦ ਭਾਈ ਆਨੰਦ ਲਾਲ ਸੇਵ ਜੀ ਕਹਿੰਦੇ ਨੇ ਕਹਿੰਦੇ ਤੂੰ ਪਤਾ ਨਹੀਂ ਉਹਨਾਂ ਮਹਾਂਪੁਰਖਾਂ ਦੀ ਭਾਲ ਕਰਨੀ ਕਿ ਨਹੀਂ ਕਰਨੀ ਉਹਨਾਂ ਦੇ ਗੁਣ ਲੱਭਣੇ ਕਿ ਨਹੀਂ ਲੱਭਣੇ ਤੈਨੂੰ ਮੈਂ ਵੱਡਾ ਇੱਕ ਗੁਣ ਉਹਨਾਂ ਮਹਾਂਪੁਰਖਾਂ ਦਾ ਦੱਸਦਾ ਇੱਕੋ ਜਿਹਾ ਗੁਣ ਮੇਰੇ ਤੋਂ ਸੋਹਣਾ ਦੀਗਰਾ ਮੈਨੇ ਦੀਗਰ ਆ ਆ ਮੈਨੇ ਉਹ ਦੀ ਗੁਰਮੈਨੇ ਦੂਜੇ ਲੋਗ ਬੁਰਦੰਦ ਮੈਨੇ ਮਰਦੇ ਹਨ ਵਾ ਅਤੇ ਈ ਹਾ ਇਹ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਾਜੇ ਨੇ ਇਹ ਹਮੇਸ਼ਾ ਹੀ ਜੀ ਸਤੰਦ ਮੈਨੇ ਜਿਉਂਦੇ ਰਹਿੰਦੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਬ ਉਹ ਜਨਮ ਮਰਨ ਦੇ ਚੱਕਰ ਦੇ ਵਿੱਚੋਂ ਛੁੱਟ ਜਾਂਦੇ ਨੇ ਦੂਜੇ ਮਰਨ ਮਰਨ ਜੰਮਣ ਦੇ ਚੱਕਰ ਵਿੱਚ ਪਏ ਰਹਿੰਦੇ ਨੇ ਆਵ ਚਰਾਸੀ ਨੂੰ ਭੋਗਦੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਹੋ ਗਏ ਉਹ ਸਦਾ ਹੀ ਦੁਨੀਆ ਤੇ ਜਿਉਂਦੇ ਨੇ ਉਹਨਾਂ ਦੀ ਹਸਤੀ ਕਾਇਮ ਰਹਿੰਦੀ ਏ ਉਹਨਾਂ ਦੇ ਨਾਮ ਦੇ ਮੇਲੇ ਲੱਗਦੇ ਨੇ ਉਹਨਾਂ ਦੇ ਨਾਮ ਦੇ ਕਿੱਸੇ ਪੜੇ ਜਾਂਦੇ ਹਨ ਈ ਹਾ ਹਾ ਮੈਨੇ ਵਿਸ਼ੇਸ਼ ਕਰਕੇ ਈ ਮੈਨੇ ਇਹ ਔਰ ਜ਼ੀਸਤ ਅੰਦ ਅੰਦ ਮੈਨੇ ਹਨ ਜ਼ੀਸਤ ਮੈਨੇ ਜਿਉਂਦੇ ਔਰ ਇਦਾਂ ਹੀ ਉੱਪਰ ਆਇਆ ਸੀ ਕੀ ਇਸ ਤਕੀਸਤ ਮੈਨੇ ਕਿਹੜੇ ਕੀ ਅਸਤ ਕਿਹੜੇ ਹਨ ਜਾਂ ਕੀ ਇਸਤ ਮੈਨੇ ਕਿਹੜੇ ਅੰਤ ਮੈਨੇ ਹਨ ਇਦਾਂ ਗੁਰੂ ਖਾਲਸਾ ਜੀ ਇਹ ਫਾਰਸੀ ਵਿਆਕਰਨ ਦਾ ਨਿਜਮ ਹੈ ਜੀ ਤਨ ਰਾਮ ਆਉ ਨੀਏ ਦਾਨੀ ਕੇ ਤੀਸਤ ਉਹ ਗਿਆਸੂ ਦਿਨਾ ਉਹ ਮਿੱਟੀ ਦਾ ਮਾਧਵਾ ਤੈਨੂੰ ਮੈਂ ਇੱਕ ਗੱਲ ਹੋਰ ਦੱਸਾਂ ਜਿਉਣ ਦਾ ਕੀ ਅਰਥ ਹੁੰਦਾ ਹੈ ਦਾਨੀ ਕੇ ਤੂੰ ਜਾਣਦਾ ਏ ਕੇ ਮੈਨੇ ਕੀ ਅਸਤ ਮੈਨੇ ਹੈ ਜਿਉਣ ਦਾ ਕੀ ਮਹਨਾ ਹੁੰਦਾ ਹੈ ਇਸ ਗੱਲ ਬਾਰੇ ਤੈਨੂੰ ਪਤਾ ਏ ਕਿ ਨਹੀਂ ਜਿਹੜੇ ਸਦਾਬ ਕਾਲ ਤੱਕ ਜਿਉਂਦੇ ਮੈਂ ਆਖੇ ਨੇ ਗੁਰੂ ਗੋਬਿੰਦ ਸਿੰਘ ਦੇ ਸਾਜੇ ਉਹ ਕਿਦਾਂ ਜਿਉਂਦੇ ਨੇ ਉਹ ਕਿਹੜਾ ਜੀਵਨ ਹੈ ਜਿਸ ਨੂੰ ਕਦੇ ਮੌਤ ਹੀ ਨਹੀਂ ਪ੍ਰਾਪਤ ਹੁੰਦੀ ਇਹ ਨਹੀਂ ਪਤਾ ਤੈਨੂੰ ਤੇ ਸੁਣਨਾ ਕਰ ਆ ਖੁਸ਼ਾ ਉਮਰ ਕੀ ਦਰ ਯਾਦਸ਼ਬਾ ਜੀਸਤ ਹਾਂ ਕਹਿੰਦੇ ਐ ਗਿਆਸੂਦੀਨ ਉਹ ਚੰਗੀ ਉਮਰ ਹੁੰਦੀ ਐ ਜਿਹੜੀ ਉਸ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਲੰਗੇ ਔਰ ਉਹਨੂੰ ਕਹਿੰਦੇ ਐ ਜੀਸਤ ਮੈਨੇ ਚੰਗਾ ਜੀਵਨ ਜੀਉਣਾ ਜੀਸਤ ਨਾਮ ਜੀਉਣ ਦਾ ਹੈ ਜ਼ ਬੋਲਣਾ ਜੀਸਤ ਔਰ ਬੜੀ ਇਸਤ ਬੱਬੇ ਨੂੰ ਕੰਨਾਂ ਨਹੀਂ ਹੈ ਇੱਥੇ ਪਾੜ ਦੀ ਦੁਰਸਤੀ ਕਰ ਲੈਨੇ ਇਹਨੂੰ ਕਹਿੰਦੇ ਆ ਚੰਗਾ ਜੀਵਨ ਉਹ ਚੰਗਾ ਜੀਵਨ ਜਿਉਂਦੇ ਨੇ ਬਾਕੀ ਤੇ ਦੁਨੀਆ ਦੇ ਲੋਕ ਮਰੇ ਰਹਿੰਦੇ ਨੇ ਚਿੰਤਾਵਾਂ ਕਰਕੇ ਹਮ ਚੁਣੀ ਮਰਦੰਭ ਜੋ ਕੇ ਆ ਕੀ ਸਤੰਦ ਉਹ ਗਿਆ ਸੁਦੀਨਾ ਉਹ ਮਹਾਰਾਜ ਦੇ ਸਾਜੇ ਨਵਾਜੇ ਮਰਦ ਮਹਾਂਪੁਰਖ ਲਭ ਉਹ ਕਿਹੜੇ ਗੁਨਾ ਦੇ ਮਾਲਕ ਹੁੰਦੇ ਨੇ ਕਿੱਡੀ ਵੱਡੀ ਸ਼ਖਸੀਅਤ ਐ ਅੰਦਾਜ਼ਾ ਕਰ ਫਿਰ ਕਹਿੰਦੇ ਪਤਾ ਨਹੀਂ ਮਿੱਟੀ ਦਾ ਮਾਤਵਾ ਤੂੰ ਤੇ ਉਹਨਾਂ ਮਹਾਪੁਰਖਾਂ ਦੀ ਭਾਲ ਕਰਨੀ ਕਿ ਨਹੀਂ ਕਰਨੀ ਪਰ ਮੈਂ ਤੈਨੂੰ ਇੱਕ ਗੱਲ ਦੱਸਾਂ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਾਜੇ ਨੇ ਉਹ ਸਦਾ ਹੀ ਚੰਗਾ ਜੀਵਨ ਜਿਉਂਦੇ ਨੇ ਔਰ ਜਿਹੜੇ ਦੂਜੇ ਨੇ ਗੁਰੂ ਗੋਬਿੰਦ ਸਿੰਘ ਦੇ ਨਾਮ ਤੋਂ ਬਗੈਰ ਉਹ ਮਰੇ ਰਹਿੰਦੇ ਨੇ ਉਹ ਮੁਰਦੇ ਬਣ ਕਰਕੇ ਜੀਵਨ ਗੁਜ਼ਾਰਦੇ ਹਨ ਕਦੇ ਚਿੰਤਾ ਦੇ ਗੰਮ ਵਿੱਚ ਮਰ ਗਏ ਕਦੇ ਡਰ ਦੇ ਗੰਮ ਵਿੱਚ ਮਰ ਗਏ ਕਦੇ ਕਿਸੇ ਦੇ ਡਰ ਕਰਕੇ ਮੌਤ ਆ ਗਈ ਇਹ ਵੀ ਇੱਕ ਮੌਤ ਹੀ ਹੁੰਦੀ ਹੈ ਜੇ ਪੈਸੇ ਡੁੱਬ ਗਏ ਲਾਲਚੀ ਲੋਕ ਕਹਿੰਦੇ ਉਹ ਮੈਂ ਤੇ ਮਰ ਗਿਆ ਜੇ ਗੁਰੂ ਕਾਲਸਾ ਜੀ ਹੱਥੋਂ ਆਈ ਨੌਕਰੀ ਨਿਕਲ ਗਈ ਕਹਿੰਦੇ ਮੈਂ ਤੇ ਮਰ ਗਿਆ ਆਮ ਹੀ ਇਹ ਪੰਜਾਬੀ ਦਾ ਬੋਲ ਹੈ ਮੈਂ ਮਰ ਗਿਆ ਆਮ ਲੋਕੀ ਮਰੇ ਰਹਿੰਦੇ ਨੇ ਔਰ ਉਹ ਸਦਾ ਲਈ ਚੰਗਾ ਜੀਵਨ ਜਿਉਂਦੇ ਨੇ ਫਿਰ ਕਹਿੰਦੇ ਉਹ ਮਿੱਟੀ ਦਾ ਮਾਤਵਾ ਤੈਨੂੰ ਪਤਾ ਹੈ ਜਿਹੜੇ ਗੁਰਾਂ ਦੇ ਸਾਜੇ ਨੇ ਉਹ ਕਿਹੜਾ ਜੀਵਨ ਜਿਉਂਦੇ ਨੇ ਅਸ ਉਹ ਗੁਰੂ ਗੋਬਿੰਦ ਸਿੰਘ ਦੀ ਯਾਦ ਦੇ ਦਰ ਵਿੱਚ ਖੁਸ਼ਾ ਉਮਰੇ ਚੰਗੀ ਉਮਰ ਗੁਜ਼ਾਰਦੇ ਨੇ ਇੰਜ ਜੋ ਸਦਾ ਲਈ ਜੀਸਤ ਮੈਨੇ ਜਿਉਂਦੇ ਨੇ ਐਸੀ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਜੀਵਨ ਦੀ ਦਾਤ ਪ੍ਰਾਪਤ ਹੁੰਦੀ ਹੈ ਮਰਦੇ ਆਰਫ ਜ਼ਿੰਦਾ ਅਜ਼ ਇਰਫਾਨ ਨੇ ਉਸ ਮੈਂ ਬਿਰ ਤੈਨੂੰ ਇਹ ਵੀ ਗੱਲ ਦੱਸ ਦਿਨਾ ਵੀ ਉਹ ਚੰਗੀ ਜ਼ਿੰਦਗੀ ਕਿਵੇਂ ਜਿਉਂਦੇ ਨੇ ਜਿਹੜੇ ਗੁਰਾਂ ਦੇ ਸਾਝੇ ਹੋਏ ਮਰਦੇ ਆਰਫ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਵਾਲੇ ਮਹਾਂਪੁਰਖ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਹੋਏ ਬ੍ਰਹਮ ਗਿਆਨ ਦੇ ਨਾਲ ਇਰਫਾਨ ਨਾਮ ਬ੍ਰਹਮ ਗਿਆਨ ਦਾ ਹੈ ਅਸ ਮੈਨੇ ਨਾਲ ਉਹ ਗੁਰਾਂ ਦੇ ਦਿੱਤੇ ਹੋਏ ਬ੍ਰਹਮ ਗਿਆਨ ਦੇ ਨਾਲ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਭਿੱਜ ਕੇ ਸਦਾ ਲਈ ਚੰਗਾ ਜੀਵਨ ਜਿਉਂਦੇ ਨੇ ਔਰ ਜ਼ਿੰਦਾ ਰਹਿੰਦੇ ਨੇ ਦੁਨੀਆ ਦੇ ਉੱਪਰ ਨਿਆਮ ਤੇ ਹਰ ਦੂਜਹਾਂ ਦਰਖਾ ਨਾਏ ਉਸਤ ਕਹਿੰਦੇ ਦੋਨਾਂ ਜਹਾਨਾਂ ਦੇ ਸੁਖ ਗਿਆਸੂ ਦੀਨਾ ਉਸ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਵਿੱਚੋਂ ਪ੍ਰਾਪਤ ਹੁੰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਿਯਾਮਤ ਨਾਮ ਵਡਿਆਈ ਦਾ ਹੈ ਨਿਯਾਮਤ ਨਾਮ ਬਖਸ਼ਿਸ਼ ਦਾ ਹੈ ਇਹ ਫਾਰਸੀ ਦਾ ਲਫ਼ਜ਼ ਹੈ ਨਿਯਾਮਤ ਨਾਮ ਸੁਖ ਦਾ ਹੈ ਇੱਥੇ ਐੜੇ ਨੂੰ ਕੰਨਾਂ ਰਹਿ ਗਿਆ ਉਹ ਲਗਾ ਲੈਣਾ ਨਿਯਾਮਤ ਦੋਨੋਂ ਜਹਾਨਾਂ ਦੀਆਂ ਨਿਯਾਮਤਾਂ ਖਾਨਾ ਮੈਨੇ ਘਰ ਉਸ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਰ ਕੀਏ ਵਿੱਚੋਂ ਪ੍ਰਾਪਤ ਹੁੰਦੀਆਂ ਨੇ ਦੋਨਾਂ ਜਹਾਨਾਂ ਦੇ ਸੁੱਖ ਗੁਰੂ ਗੋਬਿੰਦ ਸਿੰਘ ਦੇ ਘਰੋਂ ਪ੍ਰਾਪਤ ਹੁੰਦੇ ਨੇ ਵਾਹ ਨੀਏ ਈ ਜ਼ਿੰਦਗੀ ਆ ਦੇ ਖੁਦਾ ਇਸ ਲਈ ਗਿਆਨ ਸੁਧਿਨਾ ਸਮਝੀ ਅਸਲ ਜ਼ਿੰਦਗੀ ਈ ਇਹੋ ਹੀ ਮੈਨਾ ਰੱਖਦੀ ਏ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਜ਼ਿੰਦਗੀ ਦਾ ਇਸ ਜ਼ਿੰਦਗੀ ਦਾ ਅਸਲ ਮੈਨਾ ਇਹੋ ਹੀ ਹੈ ਇਹ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਗੁਜ਼ਰੇ ਜਿਵੇਂ ਲਿਖਿਆ ਨਾ ਭਈ ਪ੍ਰਾਪਤ ਮਾਨਕ ਦੇ ਹੋਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਅਵਰ ਕਾਜ تیر ਕਿਤੇ ਨਾ ਕਾਮ ਮਿਲ ਸਾਧ ਸੰਗਤ ਅੱਜ ਕੇਵਲ ਨਾਮ ਕਹਿੰਦੇ ਮੇਰੇ ਖੁਦਾ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਹੀ ਇਹ ਜ਼ਿੰਦਗੀ ਦਾ ਅਸਲੀ ਮਹਾਨਾ ਹੈ ਜੇ ਗੁਰੂ ਗੋਬਿੰਦ ਸਿੰਘ ਦੀ ਯਾਦ ਨਹੀਂ ਫੇਰ ਜ਼ਿੰਦਗੀ ਕੁਛ ਵੀ ਨਹੀਂ ਹੈ ਫੇਰ ਤਾਂ ਇਹ ਮੈਂ ਦੁੱਖਾਂ ਦਾ ਹੀ ਇਹ ਝੰਬੇਲਾ ਹੈ ਆਨੰਦ ਤੇ ਸਤਗੁਰਾਂ ਦੀ ਯਾਦ ਵਿੱਚ ਹਨ ਕਾਜ਼ ਤੁਫਾਲ ਸੁਜਿੰਦਾ ਹਜ਼ਾਨਿ ਆਉਲੀਆਸਤ ਹਾਂ ਕਹਿੰਦੇ ਜਿਹੜੇ ਵੱਡੇ ਵੱਡੇ ਔਲੀਏ ਲੋਕ ਨੇ ਨਾ ਉਹਨਾਂ ਦੀ ਜਾਨ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਹੀ ਜ਼ਿੰਦਾ ਹੈ ਉਹ ਵੀ ਗੁਰੂ ਗੋਬਿੰਦ ਸਿੰਘ ਦੀ ਭਗਤੀ ਕਰਦੇ ਨੇ ਜਿਹੜੇ ਤੇਰੇ ਧਰਮ ਵਿੱਚ ਵੱਡੇ ਵੱਡੇ ਔਲੀਏ ਅੰਬੀਏ ਨਬੀ ਲੋਗ ਹੋਏ ਨੇ ਤਾਂ ਹੀ ਉਹਨਾਂ ਦੀ ਜਾਨ ਨੂੰ ਜ਼ਿੰਦਗੀ ਪ੍ਰਾਪਤ ਹੁੰਦੀ ਹੈ ਤਾਂ ਹੀ ਉਹ ਜ਼ਿੰਦਾ ਰਹਿੰਦੇ ਨੇ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਦੀ ਭਗਤੀ ਕਰਦੇ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਉੱਪਰ ਤਫੈਲ ਨਾਮ ਕਿਰਪਾ ਅਸ਼ਿ ਉਹਨਾਂ ਦੀ ਕਿਰਪਾ ਦੇ ਨਾਲ ਨਾਲ ਹੀ ਬੱਡੇ-ਬੱਡੇ ਔਲੀਆ ਦੀ ਜਾਨ ਨੂੰ ਜ਼ਿੰਦਾ ਮੈਨੇ ਜ਼ਿੰਦਗੀ ਜੀਵਨ ਪ੍ਰਾਪਤ ਹੁੰਦਾ ਏ ਜ਼ਿਕਰ ਊ ਪਰ ਹਰ ਜ਼ੁਬਾਨ ਕੋ ਆ ਸ਼ੁਧ ਹਾਂ ਕਹਿੰਦੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਹੋ ਗਏ ਐ ਮੌਲਵੀ ਜੋ ਵੀ ਧਾਰਮਿਕ ਦੁਨੀਆ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਹੋ ਗਿਆ ਉਹਨਾਂ ਦੀ ਜ਼ੁਬਾਨ ਦੇ ਉੱਪਰ ਗੋਇਆ ਮੈਨੇ ਕਹਿਣ ਸੁਣ ਗੁਫਤਗੂ ਦੁਆਰਾ ਉਸ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਰਹਿੰਦਾ ਹੈ ਛੁਦਾ ਮੈਨੇ ਹੋ ਗਏ ਜਾਂ ਹੋਏ ਹਨ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਹੋਏ ਹਨ ਉਹਨਾਂ ਦੀ ਜ਼ੁਬਾਨ ਦੇ ਉੱਪਰ ਗੁਫਤਗੂ ਦੁਆਰਾ ਸਦਾਬ ਕਾਲ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਉਹਨਾਂ ਦੀ ਜ਼ੁਬਾਨ ਦੇ ਉੱਪਰ ਆ ਕੇ ਵਿਰਾਜਦਾ ਹੈ ਉਹ ਜਦੋਂ ਗੱਲਾਂ ਬਾਤਾਂ ਕਰਦੇ ਨੇ ਉਦੋਂ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਡੁੱਲ ਡੁੱਲ ਕੇ ਬਾਹਰ ਆਉਂਦਾ ਹੈ ਆਮ ਗੱਲਾਂ ਵਿੱਚ ਵੀ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਕਰਦੇ ਨੇ گویا ਨਾਮ ਕਹਿਣ ਸੁਣਨ ਦਾ ਹੈ ਗੁਫਤਗੂ ਦਾ ਹੈ ਗੋਸ਼ਟ ਦਾ ਹੈ ਸੰਵਾਦ ਦਾ ਹੈ ਜਿਹੜੇ ਸਹਿਬ ਦੇ ਹੋ ਗਏ ਉਹਨਾਂ ਦੀ ਹਰੇਕ ਜ਼ੁਬਾਨ ਤੋਂ ਬਰ ਮੈਨੇ ਉੱਪਰੋਂ ਉਸ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਡੋਲਾ ਡੋਲ ਕੇ ਬਾਹਰ ਹੁੰਦਾ ਹੈ ਹਰ ਦੁਆਲਮ ਰਾਹ ਹਕ ਜੋ ਆ ਸੁਧਾ ਹਾਂ ਕਹਿੰਦੇ ਦੋਨੋ ਜਹਾਨ ਉਸ ਸੱਚੇ ਗੁਰੂ ਗੋਬਿੰਦ ਸਿੰਘ ਜੀ ਦੀ ਪੂਰੀ ਨੰਦਾ ਦੀ ਪੂਰੀ ਨੰਦਾ ਦੀ ਪੂਰੀ ਦੇ ਰਾਹਾਂ ਨੂੰ ਲੱਭਦੇ ਹੋਏ ਮੈਂ ਵੇਖੇ ਹਨ ਸੁਧਾ ਮੈਨੇ ਹੋਏ ਜੋਆ ਮੈਨੇ ਲੱਭਦੇ ਹੋਏ ਮੈਂ ਵੇਖੇ ਨੇ ਦੋਨੋ ਜਹਾਨ ਗੁਰੂ ਗੋਬਿੰਦ ਸਿੰਘ ਜੀ ਦਾ ਰਾਹ ਲੱਭਦੇ ਉਹ ਪੁੱਛਦੇ ਨੇ ਕਿ ਨੰਦਾ ਦੀ ਪੁਰੀ ਨੂੰ ਰਾਹ ਕਿਹੜਾ ਜਾਂਦਾ ਹੈ ਦੋਨਾਂ ਜਹਾਨਾਂ ਦੇ ਲੋਕ ਇਸ ਜਹਾਨ ਦੇ ਆਮ ਲੋਕ ਔਰ ਉਸ ਜਹਾਨ ਦੇ ਦੇਵਤੇ ਆਦਿਕ ਲੋਕ ਮੈਂ ਪੁੱਛਦੇ ਹੋਏ ਵੇਖੇ ਨੇ ਕਿ ਸੱਚੇ ਗੁਰੂ ਗੋਬਿੰਦ ਸਿੰਘ ਜੀ ਦੀ ਪੁਰੀ ਨੰਦਾ ਦੀ ਪੁਰੀ ਨੂੰ ਰਾਹ ਕਿਹੜਾ ਜਾਂਦਾ ਹੈ ਉਹ ਗਿਆ ਸੁਦੀਨਾ ਤੂੰ ਕਿੱਥੇ ਤੁਰਿਆ ਫਿਰਦਾ ਏ ਤੇਰੀ ਸੋਚ ਕਿੱਥੇ ਖਲੋਤੀ ਏ ਤੂੰ ਇਹ ਦੁਨਿਆਵੀ ਸੋਖੀ ਤੱਕੀ ਜਾਨਾ ਦੁਨਿਆਵੀ ਸੁੱਖਾਂ ਦੀਆਂ ਗੱਲਾਂ ਕਰੀ ਜਾਨਾ ਓ ਮੈਂ ਜਿਹਦੀ ਗੱਲ ਕਰਦਾ ਉਸ ਦੇ ਘਰ ਦਾ ਰਾਹ ਦਵੇਂ ਜਹਾਨ ਪੁੱਛਦੇ ਪਏ ਨੇ ਆਖੂ ਸਤਨਾਮ ਈ ਵਾਹੇ ਗੁਰੂ ਜਿਹੜੇ ਉਸ ਗੁਰੂ ਗੋਬਿੰਦ ਸਿੰਘ ਦੇ ਹੋ ਗਏ ਉਹ ਹਰੇਕ ਆਪਣੀ ਜ਼ੁਬਾਨ ਦੇ ਉੱਪਰ ਕਹਿਣ ਸੁਣਨ ਵਿੱਚ ਉਸ ਗੁਰੂ ਗੋਬਿੰਦ ਸਿੰਘ ਦਾ ਜ਼ਿਕਰ ਕਰਦਾ ਹੈ ਭਾਵੇਂ ਕੋਈ ਆਮ ਗੱਲ ਕਰੇ ਜਿਹੜਾ ਹੋ ਗਿਆ ਨਾ ਗੁਰੂ ਗੋਬਿੰਦ ਸਿੰਘ ਦਾ ਉਹ ਇਹਨਾਂ ਕਹੇਗਾ ਭਾਵੇਂ ਕੋਈ ਦੁਨਿਆਵੀ ਕੰਮ ਹੋਵੇ ਉਹ ਕਹੇਗਾ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਮੇਰਾ ਫਲਾਨਾ ਕੰਮ ਹੋ ਜਾਵੇਗਾ ਉਹਨਾਂ ਦੀਆਂ ਆਮ ਗੱਲਾਂ ਦੇ ਵਿੱਚੋਂ ਵੀ ਗੁਰੂ ਗੋਬਿੰਦ ਸਿੰਘ ਦਾ ਜ਼ਿਕਰ ਮਿਲਦਾ ਹੈ ਉਹਨਾਂ ਦੀ ਜ਼ੁਬਾਨ ਦੇ ਉੱਪਰ ਤੁਰਿਆ ਫਿਰਦਾ ਜਿਹੜੇ ਸਹਿਬ ਦੇ ਹੋ ਗਏ ਨੇ ਫਿਰ ਦੂਜਾ ਅਰਥ ਇਸ ਸ਼ੇਰ ਦਾ ਇਸ ਪ੍ਰਕਾਰ ਵੀ ਹੈ ਜਿਹੜੇ ਕਹਿਣ ਸੁਣਨ ਵੇਲੇ ਆਪਣੀਆਂ ਜ਼ੁਬਾਨਾਂ ਤੋਂ ਉਸ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਕਰਦੇ ਨੇ ਦੋਨੋਂ ਜਹਾਨ ਉਹਨਾਂ ਮਹਾਂਪੁਰਖਾਂ ਦਾ ਉਹਨਾਂ ਸੱਚਿਆਂ ਸਦਪੁਰਖਾਂ ਦਾ ਰਾਹ ਲੱਭਦੇ ਫਿਰਦੇ ਨੇ ਦੋਨੋਂ ਜਹਾਨ ਉਹਦੀ ਮੁਠੀ ਵਿੱਚ ਆ ਕਰਕੇ ਕਾਬੂ ਹੋ ਜਾਂਦੇ ਨੇ ਜਿਹੜੇ ਸੱਚੇ ਬਾਦਸ਼ਾਹ ਦਾ ਨਾਮ ਜਪਦੇ ਨੇ ਜੁਮਲਾ ਮੇਖ ਖੁਆਨੰਦ ਜ਼ਿਕਰੇ ਜ਼ੁਲ ਜ਼ਲਾਲ ਜਿੰਨੇ ਵੀ ਧਾਰਮਿਕ ਲੋਕ ਗੁਰੂ ਗੋਬਿੰਦ ਸਿੰਘ ਦੇ ਹੋਏ ਨੇ ਜੁਮਲਾ ਮੈਨੇ ਉਹ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਜ਼ੁਲ ਜ਼ਲਾਲ ਮੈਨੇ ਜਾਹੋ ਜਲਾਲ ਦਾ ਜ਼ਿਕਰ ਆਪਣੀ ਜ਼ੁਬਾਨ ਤੋਂ ਕਿਸਿਆਂ ਦੇ ਵਿੱਚ ਔਰ ਮਸਨਦਾਂ ਵਿੱਚ ਬੈਠ ਕਰਕੇ ਖੁਆਨੰਦ ਮੈਨੇ ਪੜਦੇ ਕਹਿੰਦੇ ਸੁਣਦੇ ਮੈਂ ਵੇਖਿਆ ਨਾ ਐ ਜਹੇ ਕੀ ਲੋ ਜ਼ਹੇ ਫਰਖੰਦਾ ਕਾਲ ਹਾਂ ਕਹਿੰਦੇ ਨੇ ਉਹ ਗਿਆਸੂ ਦੀਨਾ ਸੁਣ ਮੇਰੀ ਬਾਤ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਹੋਗੇ ਨਾ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਚੇ ਰੋਪ ਦੀਆਂ ਗੱਲਾਂ ਕਰਦੇ ਨੇ ਉਹਨਾਂ ਦੀਆਂ ਗੱਲਾਂ ਵੀ ਧੰਨ ਨੇ ਔਰ ਉਹਨਾਂ ਦਾ ਸੁਣਨਾ ਵੀ ਧੰਨ ਨੇ ਆਕੂ ਸਤਨਾਮ ਸ੍ਰੀ ਵਾਹਿਗੁਰੂ ਸਭ ਕੋ ਕਹੇ ਜਾਸ ਕੀ ਬਾਤਾ ਸੋ ਸਮਰੱਥ ਨਿਜ ਪਤ ਹੈ ਦਾਤਾ ਜਿਸ ਦੀਆਂ ਗੱਲਾਂ ਸਾਰੇ ਕਰਦੇ ਆ ਨਾ ਉਹ ਸਮਰੱਥ ਹਿਰਦੇ ਦਾ ਪਤੀ ਗੁਰੂ ਗੋਬਿੰਦ ਸਿੰਘ ਹੈ ਔਰ ਜੇ ਕੋਈ ਉਸ ਦੀ ਗੱਲ ਕਹਿੰਦਾ ਹੈ ਆਪਣੇ ਮੁਬਾਰਕ ਮੁਖ ਤੋਂ ਉਹ ਵੀ ਧੰਨ ਹੈ ਉਹਦੇ ਬੋਲ ਧੰਨ ਨੇ ਔਰ ਜੇ ਕੋਈ ਗੁਰੂ ਗੋਬਿੰਦ ਸਿੰਘ ਜੀ ਦੀ ਮੁਬਾਰਕ ਸ਼ੋਭਾ ਉਹਦੀ ਉੱਚੀ ਸ਼ਾਨ ਉੱਚਾ ਰੋਭ ਉੱਚਾ ਜਹੋ ਜਲਾਲ ਐਸਾ ਸੁਭਾਵਕ ਐਸਾ ਸੋਭਨੀਕ ਸਤਗੁਰਾਂ ਦਾ ਪ੍ਰਕਾਸ਼ ਸਤਗੁਰਾਂ ਦੀ ਅਡੋਲ ਅਸਥਿਰ ਮਹਿਮਾ ਆਪਣੇ ਕੰਨਾਂ ਨਾਲ ਸੁਣਦਾ ਹੈ ਉਸ ਦਾ ਇਹ ਸੁਣਨਾ ਵੀ ਧੰਨ ਹੈ ਪ੍ਰਗੰਧਾ ਨਾਮ ਮੁਬਾਰਕ ਸਤਗੁਰਾਂ ਦੀ ਮੁਬਾਰਕ ਸ਼ੋਭਾ ਨੀਲੇ ਸ਼ਾਹ ਸਵਾਰ ਦਾ ਉੱਚਾ ਜਾਹੋ ਜਲਾਲ ਜੇ ਕੋਈ ਆਪਣੇ ਕੰਨਾਂ ਨਾਲ ਸੁਣਦਾ ਇਹ ਉਹਦਾ ਸੁਨਣਾ ਵੀ ਜ਼ਹਿ ਤਨ ਹੈ ਔਰ ਜੇ ਕੋਈ ਗੁਰੂ ਗੋਬਿੰਦ ਸਿੰਘ ਜੀ ਦਾ ਉੱਚਾ ਜਾਹੋ ਜਲਾਲ ਉੱਚੀਆਂ ਸ਼ਾਨਾਂ ਮੇਰੇ ਮਾਲਕ ਦੀਆਂ ਆਪਣੀ ਜ਼ੁਬਾਨ ਤੋਂ ਕਹਿੰਦਾ ਹੈ ਉਸ ਦਾ ਕਹਿਣਾ ਵੀ ਤਨ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੀ ਲੋਕਾਲ ਮੈਨੇ ਹੁੰਦਾ ਕਹਿਣਾ ਸੁਣਨਾ ਫਾਰਸੀ ਦੇ ਵਿੱਚ ਕੀ ਲੋਕਾਲ ਕਹਿੰਦੇ ਨੇ ਗੱਲਬਾਤ ਨੂੰ ਕਹਿੰਦੇ ਕਹਿਣ ਵਾਲੇ ਵੀ ਧੰਨੇ ਔਰ ਮੁਬਾਰਕ ਸੁਣਨ ਵਾਲੇ ਵੀ ਧੰਨੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਚੇ ਜਾਓ ਜਲਾਲ ਦਾ ਜ਼ਿਕਰ ਆਪਣੀ ਜ਼ੁਬਾਨ ਤੋਂ ਕਹਿਣ ਵਾਲੇ ਕੰਨਾਂ ਨਾਲ ਸੁਣਨ ਵਾਲੇ ਭਾਈ ਧੰਨੇ ਗਿਆਸੂਦੀਨਾ ਕੀ ਲੋਕਾਲ ਗਰਬਰਾਏ ਹਕ ਬਬਦ ਸੁਣ ਮੇਰੀ ਗੱਲ ਗਿਆਸੂਦੀਨਾ ਗੱਲਬਾਤ ਕੋਈ ਵੀ ਹੋਵੇ ਕੀ ਲੋਕਾਲ ਮੈਨੇ ਗੱਲਬਾਤ ਕਹਿਣਾ ਸੁਣਨਾ ਕਹਿਣਾ ਸੁਣਨਾ ਕਿਸੇ ਪ੍ਰਕਾਰ ਦਾ ਵੀ ਹੋਵੇ ਗਰ ਜੇਕਰ ਹੱਕ ਸੱਚੇ ਗੁਰੂ ਗੋਬਿੰਦ ਸਿੰਘ ਦੇ ਵਾਸਤੇ ਉਹ ਕਹਿਣਾ ਸੁਣਨਾ ਹੋਵੇ ਨਾ ਬਬਦ ਮੈ ਨਹੀਂ ਹੁੰਦਾ ਹੋਵੇ ਬਰਾਏ ਮੈ ਨਹੀਂ ਵਾਸਤੇ ਗਰ ਜੇਕਰ ਗੱਲਬਾਤ ਕੋਈ ਵੀ ਹੋਵੇ ਪਰ ਉਹ ਗੱਲਬਾਤ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਵਾਸਤੇ ਜੇਕਰ ਹੁੰਦੀ ਹੋਵੇ ਅਸ ਬਰਾਏ ਕਾਦਰ ਮੁਤਲਕ ਬਬਦ ਤਾਂ ਮੈਂ ਜਾਣਾਂਗਾ ਕੀ ਉਹ ਗੱਲਬਾਤ ਉਸ ਖੁਦਾ ਲਈ ਹੁੰਦੀ ਹੈ ਜਿਹਨੂੰ ਕੁਰਾਨ ਸ਼ਰੀਫ ਦੇ ਵਿੱਚ ਕਾਦਰ ਤੇ ਮੁਤਲਕ ਆਖਿਆ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਇਹ ਨਹੀਂ ਜਾਣਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਹੁੰਦੀ ਪਈ ਹੈ ਮੈਂ ਇਹ ਜਾਣਾਂਗਾ ਖੁਦਾ ਦੀ ਮਹਿਮਾ ਹੁੰਦੀ ਪਈ ਹੈ ਖੁਦਾ ਦੀਆਂ ਗੱਲਾਂ ਹੁੰਦੀਆਂ ਪਈਆਂ ਨੇ ਖੁਦਾ ਦਾ ਜ਼ਿਕਰ ਹੁੰਦਾ ਪਿਆ ਹੈ ਖੁਦਾ ਦਾ ਸਿਮਰਨ ਕਰਦੇ ਪਏ ਨੇ ਜਿਸ ਨੂੰ ਕਾਦਰ ਕੁਦਰਤ ਵਾਲਾ ਔਰ ਵਕਾਰਾਂ ਦੀ ਕੈਦ ਤੋਂ ਜਿਸ ਨੂੰ ਮੁਤਲਕ ਆਜ਼ਾਦ ਕਰਕੇ ਕੁਰਾਨ ਸ਼ਰੀਫ ਦੇ ਵਿੱਚ ਲਿਖਿਆ ਹੈ ਰਾਫਤ ਈਸਰ ਮਾਇਆ ਈ ਉਮਰ ਨਜੀਬ ਉਹ ਅਸੂਦੀਨ ਇਸ ਉਮਰ ਦਾ ਜੋ ਨਾਮ ਦਾ ਸਰਮਾਇਆ ਹੈ ਨਜੀਬ ਮੈਨੇ ਬੜਾ ਅਨੋਖਾ ਉਹ ਪ੍ਰਾਪਤ ਹੁੰਦਾ ਹੈ ਜਾਪਤ ਮੈਨੇ ਪ੍ਰਾਪਤ ਹੁੰਦਾ ਹੈ ਨੇਕ ਉਮਰ ਦਾ ਚੰਗੀ ਉਮਰ ਦਾ ਅਨੋਖੀ ਉਮਰ ਦਾ ਜੋ ਇਹ ਨਾਮ ਦਾ ਸ਼ੁਭ ਗੁਣਾ ਦਾ ਸਰਮਾਇਆ ਹੈ ਹਸਤੇ ਅੰਦਰ ਸੋਭਤੀ ਸ਼ਾਨ ਸੀਬ ਉਹ ਕਿੱਥੋਂ ਪ੍ਰਾਪਤ ਹੁੰਦਾ ਹੈ ਇਹ ਜਿਹੜੇ ਗੁਰੂ ਗੋਬਿੰਦ ਸਿੰਘ ਦੀ ਉੱਚੀ ਸੋਭਾ ਕਰਨ ਵਾਲੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਸਤੇ ਗੱਲਾਂ ਬਾਤਾਂ ਕਰਨ ਵਾਲੇ ਮਹਾਂਪੁਰਖ ਨੇ ਈਸ਼ਾ ਇਹਨਾਂ ਦੀ ਸੋਭ ਤੇ ਸੰਗਤ ਦੇ ਵਿੱਚੋਂ ਨਸੀਬ ਮੈਨੇ ਪ੍ਰਾਪਤ ਹੁੰਦਾ ਅਸਤ ਮੈਨੇ ਹੈ ਇਹ ਨਾਮ ਧਨ ਇਹ ਸ਼ੁਭ ਗੁਣਾ ਦਾ ਸਰਮਾਇਆ ਉੱਥੋਂ ਪ੍ਰਾਪਤ ਹੁੰਦਾ ਹੈ ਆਂ ਦਾ ਅਰਥ ਉਹ ਹੁੰਦਾ ਹੈ ਔਰ ਈਸ਼ਾ ਦਾ ਅਰਥ ਇਹਨਾਂ ਹੁੰਦਾ ਹੈ ਇਹ ਵੀ ਭਾਰਤੀ ਵਿਆਕਰਣ ਦਾ ਭੇਦ ਹੈ ਔਰ ਈਸ਼ਾ ਦਾ ਅਰਥ ਹੈ ਇਹ ਆਸ਼ ਆਂ ਆਂ ਦਾ ਅਰਥ ਉਹ ਕਰਕੇ ਤੇ ਇਸ਼ਾ ਦਾ ਅਰਥ ਉਹ ਵੀ ਕਰ ਲੈਂਦੇ ਹਨ ਜਿੱਥੇ ਪ੍ਰਕਰਨ ਦੇ ਅਨੁਸਾਰ ਉਹ ਦਾ ਮਹਿਨਾ ਚਾਹੀਦਾ ਹੋਵੇ ਇਸ ਪ੍ਰਕਾਰ ਫਾਰਸੀ ਵਿਆਕਰਣ ਦੇ ਇਹ ਗੁੱਝੇ ਭੇਦ ਆਮਦੇ ਹਨ ਆਰਵਾ ਬਾਸ਼ਦ ਦਿਗਰ ਮਨਜ਼ੂਰ ਨੇਸਤ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਸਲਾਹ ਕਰਦੇ ਨੇ ਆ ਮੈਨੇ ਉਹ ਠੀਕ ਹੁੰਦੇ ਨੇ ਚੰਗੇ ਹੁੰਦੇ ਨੇ ਰੱਬ ਦੀ ਦਰਗਾਹ ਵਿੱਚ ਚੰਗੇ ਲੱਗਦੇ ਨੇ ਜਿਹੜੇ ਦੂਜੇ ਰੱਬ ਦੀ ਦਰਗਾਹ ਵਿੱਚ ਮਨਜ਼ੂਰ ਨਹੀਂ ਹੁੰਦੇ ਜਿਹੜੇ ਗੁਰੂ ਗੋਬਿੰਦ ਦੀ ਸੋਭਾ ਨਹੀਂ ਕਰਦੇ ਗੁਰੂ ਗੋਬਿੰਦ ਦੀ ਮਹਿਮਾ ਨਹੀਂ ਕਰਦੇ ਗੁਰੂ ਗੋਬਿੰਦ ਦੀ ਮਹਿਮਾ ਵਿੱਚ ਆਪਣਾ ਚਿੱਤ ਨਹੀਂ ਦਿੰਦੇ ਉਹ ਜਹਾਨ ਦੇ ਵਿੱਚ ਠੀਕ ਨਹੀਂ ਹੁੰਦੇ ਉਹ ਜਹਾਨ ਦੇ ਵਿੱਚ ਫਿਰ ਚੰਗੀ ਉਮਰ ਦੇ ਮਾਲਕ ਨਹੀਂ ਹੁੰਦੇ ਘਰ ਹਰ ਫੇਰਾਸਤੀ ਦਸ ਤੂਰ ਨਿਸਤ ਗਿਰ ਸੁ ਦਿਨਾ ਮੇਰੀ ਗੱਲ ਸੁਨਾ ਰਾਸਤੀ ਮੈਨੇ ਸੱਚੇ ਜਿਹੜੇ ਮਹਾਪੁਰਖ ਨੇ ਰਾਸਤ ਨਾਮ ਸੱਚੇ ਦਾ ਹੈ ਜਿਹੜੇ ਸੱਚੇ ਮਾਰਗ ਉੱਪਰ ਚੱਲਦੇ ਨੇ ਜਿਨ੍ਹਾਂ ਬਾਬਤ ਲਿਖਿਆ ਹੈ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਜਿਹੜੇ ਉਹ ਜੇ ਮਹਾਂਪੁਰਖ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਅੱਖਰ ਤੋਂ ਗੈਰ ਬਿਨਾ ਆਪਣੇ ਦਸਤੂਰ ਵਿੱਚ ਹੋਰ ਕੋਈ ਅੱਖਰ ਜਾਣਦੇ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਜਾਣਦੇ ਨੇ ਇੱਕੋ ਇੱਕ ਅੱਖਰ ਹੈ ਜਿਹੜਾ ਲੋਕ ਤੇ ਪ੍ਰਲੋਕ ਨੂੰ ਸੁਹੇਲਿਆ ਕਰਦਾ ਹੈ ਉਹ ਅੱਖਰ ਕਿਹੜਾ ਹੈ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਧੰਨ ਬਾਜਾਂ ਵਾਲਾ ਸਤਗੁਰੂ ਧੰਨ ਤਾਜਾਂ ਵਾਲਾ ਸਤਗੁਰੂ ਇਸ ਅੱਖਰ ਤੋਂ ਬਿਨਾ ਹੋਰ ਕੋਈ ਅੱਖਰ ਆਪਣੇ ਦਸਤੂਰ ਵਿੱਚ ਆਪਣੇ ਕਾਨੂੰਨ ਵਿੱਚ ਆਪਣੇ ਕਾਇਦੇ ਵਿੱਚ ਉਹ ਜਾਣਦੇ ਕੋਈ ਨਹੀਂ ਹਨ ਜਿਨ੍ਹਾਂ ਉੱਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੋਈ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਠੀਕ ਸੇਵਕ ਹੋ ਗਏ ਉਹ ਜਾਣਦੇ ਨੇ ਸਾਡੀ ਉਹ ਹੀ ਜ਼ਿੰਦਗੀ ਰਵਾ ਅੱਛੀ ਚੰਗੀ ਬਾਛਿਦ ਹੁੰਦੀ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਗੁਜ਼ਰੇ ਦੂਜੇ ਨੂੰ ਉਹ ਮਨਜ਼ੂਰ ਕੋਈ ਨਹੀਂ ਕਰਦੇ ਐਸੇ ਮਹਾਪੁਰਖ ਜਿਹੜੇ ਗੁਰੂ ਖਾਲਸਾ ਜੀ ਆਪਣੀ ਜ਼ਿੰਦਗੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ गुजारਦੇ ਹਨ ਔਰ ਗੁਰੂ ਗੋਬਿੰਦ ਸਿੰਘ ਦੀ ਯਾਦ ਤੋਂ ਬਿਨਾਂ ਮੌਤ ਗਿਣਦੇ ਨੇ ਬਿਨ ਸਿਮਰਨ ਕੋਟ ਵਰਖ ਜੀਵੈ ਸਗਲੀ ਆਉਧ ਬ੍ਰਥਨਾੜਦ ਇਕ ਨਿਮਖ ਗੋਬਿੰਦ ਭਜਨ ਕਰ ਤਉ ਸਦਾ ਸਦਾ ਜੀਵਾਨਦ ਐਸੀ ਗੁਰੂ ਕਲਸਾ ਜੀ ਅਵਸਥਾ ਨੂੰ ਉਹ ਪ੍ਰਾਪਤ ਹੁੰਦੇ ਹਨ ਐਸੀ ਉਹਨਾਂ ਉੱਪਰ ਮੇਰ ਹੁੰਦੀ ਹੈ ਹੋਈ ਪੁਲ ਚੁਗ ਦੀ ਖਿਮਾ ਅੱਗੇ ਵਾਸਤੇ ਸਮਤ ਬਖਿਓ ਆਰ ਬਾਬਾ ਸ਼ਦ ਦਿਗਰ ਮਨਸੂਰ ਨੇ ਗਾਰੇ ਹਰ ਫੇਰਾਸਤੀ ਦਸ ਤੂਰ ਨੇ